ਸਾਡੀ ਸਰਕਾਰ ਆਉਂਦੇਓ ਸਾਡੀ ਸਰਕਾਰ ਚ ਐ ਕਰਦੇ ਨਾ ਹੋ ਕਰਦੇ ਨਾ ਲੋਕ ਸੌਖੇ ਵਸਣ ਲਾ ਦੇਣਿਆ ਘਰ ਘਰ ਰੋਜ਼ਗਾਰ ਦੇ ਦੇਣਾ ਅੱਜ ਕਿਹਨੂੰ ਜੱਜ ਤੁਸੀਂ ਮਤਲਬ ਕਰ ਰਹੇ ਹੋ ਡਿਊਟੀ ਜੁਆਇੰਟ ਜੱਜ ਵਾਲੀ ਕਿ ਨਹੀਂ ਕਿ ਪੱਤਰਕਾਰ ਛੱਡ ਕੇ ਆ ਹੁਣ ਲਾ ਕੇ ਕੇਸਰੀ ਵਾਲਾ ਕਿਲੋ ਦੀ ਐਣਕ ਟਕੇ ਟਕੇ ਦੇ ਸਿੱਟ ਗਿਆ ਗੱਪ ਹੁਣ ਪੰਜਾਬ ਚ ਕਿਹੜਾ ਬਦਲਾ ਆਉਣਾ ਆ ਜਿਹੜੇ ਹੁਣਾਂ ਦੇ ਨਾ ਕਾਲੀ ਕਾਂਗਰਸਾਂ ਦੇ ਉਹਨਾਂ ਨੂੰ ਤਾਂ ਕੋਈ ਅਗਲਾ ਐਂ ਕਰ ਹੀ ਦਿੰਦਾ ਤੇ ਇਹਨਾਂ ਨੂੰ ਕਿਸ ਨੇ ਐਵੇਂ ਨਹੀਂ ਕਰਨਾ ਕੋਲ ਛੱਡ ਪਰ ਮੱਥੇ ਲਾ ਕੇ ਕੁਝ ਮਾੜਾ ਨਾ ਹੋਵੇ 52 ਮਿੰਟਾਂ ਦੇ ਵਿੱਚ ਐਮਐਸਪੀ ਐ ਐ ਟੁਰਕੀਆਂ ਨਾਲ ਹੀ ਐਮਐਸਪੀ ਅੱਜ ਤਾਰਿਆਂ ਨਾਲ ਨਹੀਂ ਦਿੱਤੀ ਜਾਂਦੀ ਇਹਨਾਂ ਆ ਗਈ ਰੋਡਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਉਹਦੀ ਬਾਰੀ ਤੇ ਜਦੋਂ ਰੋਡਵੇਜ ਦੀ ਲਾਰੀ ਚੱਲ ਨਹੀਂ ਫਰੀ ਆ ਤੇਲ ਵੀ ਉਹਨਾਂ ਨੇ ਆਪ ਦੀ ਜੇਬ ਚੋਂ ਪਾਉਣਾ ਫਿਰ ਸ਼ੀਸ਼ਾ ਕਿੱਥੇ ਹੁਣ ਤੁਸੀਂ ਉਹਦੇ ਉਹਦੇ ਵਿੱਚ ਕਿਹੜਾ ਮੈਂ ਕਹਾਂਗਾ ਵਿੱਚ ਤੁਹਾਨੂੰ ਬਈ ਬਾਕਸ ਬਿਟ ਲਾ ਕੇ ਦੇਣ ਇਤਿਹਾਸਾਂ ਦੇ ਵਿੱਚ ਲਿਖਿਆ ਜਾਣਾ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਐਮ ਐਲ ਏ ਬਣੇ ਆ ਉਹਨਾਂ ਸਾਲ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਕਿਸੇ ਨੇ ਮੈਂਬਰ ਨਹੀਂ ਬਣਾਉਣਾ ਫਿਰ ਇਹ ਆਪਣਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਜੀ ਮੈਂ ਤਾਂ ਟਰੈਕਟਰ ਖੋਲਦਾ ਰਿਆਂ ਉਹ ਆਖੇ ਪੁਰਾਣੀਆਂ ਸਰਕਾਰਾਂ ਨੇ ਚੈਨ ਵੀ ਵੇਚਤੀ ਐਵੇਂ ਵੀ ਕਰਤੀ ਮੈਂ ਕਿਹਾ ਤੇਰਾ ਆਹੀ ਹਾਰਿਆ ਤੋ ਬਾਡੀ ਵੀ ਵੇਚ ਦੇਣੀ ਐ ਦੀ ਪੱਲੇ ਨੇ ਕੱਖ ਨਹੀਂ ਛੱਡਣਾ ਬਾਈ ਜੀ ਕੁਝ ਕਰੋਗੇ ਪੰਜਾਬ ਦਾ ਇਹਨਾਂ ਕਰਨਾ ਕਿੱਥੋਂ ਕਰਦਿਆਂ ਖਿਆਨਾ ਤਾਂ ਖਾਲੀ ਪਿਆ ਤੇ ਪੀਪਾ ਕਹੇ ਨੂੰ ਤੇਰੇ ਆਲੇ ਬੋਲਾ ਆਖੇ ਪੀਪਾ ਖਾਲੀ ਪਿਆ ਕਿੱਲੂਆਂ ਦੇ ਸਾਹਬ ਦੇ ਨਾਲ ਸੋਨਾ ਇਹਨਾਂ ਬਾਦਲਾਂ ਦੇ ਕੋਲ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਤਾਂ ਚਲੋ ਸੋਨਾ ਸੀਗਾ ਕਦੇ ਪਾਇਆ ਹੀ ਨਹੀਂ ਵੇਖਿਆ ਹੁਣ ਇਹ ਜਿਹੜੇ ਆਪਣੇ ਇਹ ਸੋਨਾ ਪਵਾਏ ਜਾਂਦੇ ਅੱਜ ਕਿਹਨੂੰ ਕੋਕੇ ਕਰਾ ਕੇ ਦੇਤੇ ਬਈ ਇੱਥੇ 50 50 ਕਿੱਲਿਆਂ ਵਾਲੇ ਇੱਥੇ 100 100 ਕਿੱਲਿਆਂ ਵਾਲੇ 90 90000 ਰੁਪਿਆ ਤਨਖਾਹ ਲੈਣ ਵਾਲੇ ਫ੍ਰੀ ਬਿਜਲੀਆਂ ਪਾਲਦੇ ਦੇਸ਼ ਦੀ ਤਰੱਕੀ ਕਿੱਥੋਂ ਹੋ ਜੂਗੀ ਤੁਸੀਂ ਮੈਨੂੰ ਆਪ ਦੱਸੋ ਹੁਣ ਕੋਈ ਇੱਕ ਬੰਦਾ ਸੀਗਾ ਮੈਨੂੰ ਕਹਿੰਦਾ ਯਾਰ ਵੀ ਐਸਸੀ ਬੰਦੇ ਹੋਂ ਤਾਂ ਕਹਿੰਦੇ ਬਿਜਲੀ ਵੀ ਫ੍ਰੀ ਹੁੰਦੀ ਆ ਤੇ ਮੈਂ ਕਿਹਾ ਭਾਈ ਤੂੰ ਐਸਸੀ ਬਨ ਜਾ ਫਿਰ ਤੇ ਮੈਨੂੰ ਤੂੰ ਜਰਨਲ ਬਰਾ ਦੇ ਜਿਹੜੀ ਤੇਰੀ 25 ਕਿਲੋ ਮੈਨੂੰ ਦੇ ਦੇ ਤੇ ਜਿਹੜੀ ਭੁੱਖ ਮੰਗੀ ਆ ਉਹ ਤੂੰ ਮੈਥੋਂ ਲੈ ਲੈ ਮੈਨੂੰ ਕੋਈ ਬੰਦਾ ਕਹਿੰਦਾ ਪਹਿਲਾਂ ਤਾਂ ਭਗਤ ਸਿੰਘ ਵਾਲੀ ਪੱਗ ਬੰਨ ਤੀ ਮੈਂ ਕਿਹਾ ਅੱਜ ਕੱਲ ਜਰਨਲ ਪ੍ਰਗਟ ਹੋ ਗਿਆ ਹੁਣ ਇਹਦੇ ਵਿੱਚ ਤੇਰੇ ਮਾਰ ਮਾਰ ਅੰਦਰ ਸਿੱਟਿਆ ਹੋਵੇ ਹੁਣ ਅੰਦਰ ਸਿੱਟਿਆ ਵੀ ਪੁੱਛਣ ਵਾਲਾ ਹੋਵੇ ਵੀ ਭਲਿਆ ਮਾਨਸਾ ਤੂੰ ਮੁਕਤੀ ਦੇਣੀ ਹੈ ਲੋਕਾਂ ਨੂੰ ਵੀ ਤੂੰ ਕਿੱਡਾ ਜੇਲਰ ਤਖੜਾ ਬਣ ਗਿਆ ਵੀ ਅੰਦਰ ਸਿੱਟਣ ਆਸਤੇ ਐਮਐਲਏ ਬਣਿਆ 5 ਸਾਲਾਂ ਦੀ ਪਰੌਣੀ ਜਿੰਦੇ ਤੂੰ ਐਵੇਂ ਨਾ ਕਿਤੇ ਮਾਨ ਕਰੀ ਮਨਪ੍ਰੀਤ ਬਾਦਲ ਸਿਆ ਸਿਰਫ ਕੁਰਸੀਆਂ ਪਿੱਛੇ ਤੁਸੀਂ ਉਧਰ ਗਏ ਆ ਜੇ ਤੁਹਾਨੂੰ ਕੁਰਸੀਆਂ ਪਿਆਰੀਆਂ ਨਾ ਹੁੰਦੀਆਂ ਤੇ ਅੱਜ ਲੋਕਾਂ ਦੇ ਇਹ ਹਾਲ ਹੀ ਨਹੀਂ ਹੋਣੇ ਸੀ ਉਹ ਨਸੀਬ ਮੈਂ ਸਸਤੇ ਲੋਕਾਂ ਵਾਸਤੇ ਮਹਿੰਗੇ ਅਥਰੂ ਨਹੀਂ ਵਧਾਉਂਦਾ ਤੇ ਮੈਨੂੰ ਬਾਟਿਕ ਉਹਦੇ ਅਥਰੂਆਂ ਦੀ ਦਵਾ ਦੇ ਜੇ ਆਖੋਗੇ ਆ ਬਾਟਿਕ ਅਥਰੂਆਂ ਦੀ ਦਵਾ ਦੇ ਹੋਰ ਨ ਦੇ ਕੋਠੀ ਵਠਲਾ ਪਾ ਲਾਂਗੇ ਲੋਕ ਵਾਸਟਿਵੀ ਨਾਲ ਜੁੜੇ ਹੋ ਤੁਸੀਂ ਮਾਇਆ ਹਿੰਮਤਾਜ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਵਿਸ਼ਵਦੀਪ ਸਿੰਘ ਫਾਜ਼ਿਲਕਾ ਨੇ ਅਕਸਰ ਹੀ ਗੱਲਾਂ ਕਰਦੇ ਰਹਿੰਦੇ ਨੇ ਬੜੇ ਵਾਇਰਲ ਹੁੰਦੇ ਨੇ ਤੇ ਅੱਜ ਇਹਨਾਂ ਤੋਂ ਆਪਾਂ ਬਦਲਾਅ ਤੇ ਗੱਲ ਕਰਨੀ ਹੈ ਤੇ ਨਾਲ ਕੁਝ ਹੋਰ ਸਵਾਲ ਲਾਵਾਂਗੇ ਵਿਸ਼ਵਦੀਪ ਜੀ ਸਵਾਗਤ ਹੈ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਜਿੰਨੇ ਲੋਕ ਆਵਾ ਚੈਨਲ ਨੂੰ ਵੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਪੰਜਾਬ ਦੇ ਵਿੱਚ ਬਦਲਾ ਆਇਆ ਸੀ ਇੱਕ ਉਹ ਹਜੇ ਆਇਆ ਕਿ ਕੀ ਹੋਇਆ ਉਹ ਬਦਲਾ ਬਦਲਾ ਭਾਈ ਜੀ ਤੁਸੀਂ ਦੱਸੋ ਪੰਜਾਬ ਦੇ ਵਿੱਚ ਤਾਂ ਬਦਲਾ ਦਾ ਮੈਨੂੰ ਪਤਾ ਨਹੀਂਗਾ ਪਰ ਤੁਹਾਡੇ ਚੈਨਲ ਤੇ ਜਿਹੜਾ ਲਗਭਗ ਤਿੰਨ ਵਾਰੀ ਆਇਆ ਬਦਲਾ ਆ ਚੁੱਕਿਆ ਉਹਨੂੰ ਗੁੱਸਾ ਨਾ ਕਰਿਆ ਜੀ ਗੱਲ ਇਹ ਤੁਹਾਡਾ ਜਿਹੜਾ ਚੈਨਲ ਹੈ ਪ੍ਰਮਾਤਮਾ ਜਿਹਾ ਨੇ ਸੱਚ ਬੋਲਦਾ ਕਿ ਜਿਹੜਾ ਅੰਪਾਰਟੀ ਵਾਲਿਆਂ ਨੂੰ ਚੁੱਪਦਾ ਰਹਿੰਦਾ ਅੱਗੇ ਤੁਹਾਡੇ ਮੇਰੇ ਹਿਸਾਬ ਨਾਲ ਕਾਂਗਰਸ ਵੇਲੇ ਵੀ ਇਹ ਚੈਨਲ ਚੱਲਦਾ ਸੀਗਾ ਪਰ ਜਦੋਂ ਤੇ ਇਹ ਆਇਆ ਪੰਜਾਬ ਦਾ ਬਦਲਾ ਹੋਵੇ ਜਾਂ ਨਾ ਹੋਵੇ ਪਰ ਤੁਹਾਡੇ ਚੈਨਲ ਦਾ ਤਾਂ ਬਦਲਾ ਹੋ ਗਿਆ ਹੁਣ ਪੰਜਾਬ ਦਾ ਜਿਹੜਾ ਬਦਲਾਅ ਦੀ ਗੱਲ ਕਰਦੇ ਆ ਉਹ ਬਦਲਾ ਲੋਕਾਂ ਨੇ ਲਿਆਉਣਾ ਹੁੰਦਾ ਤੇ ਜਿਹੜੇ ਲੋਕ ਆ ਉਹ ਉਹਨਾਂ ਹੀ ਚੀਜ਼ਾਂ ਤੇ ਰੁੱਝੇ ਹੋਏ ਆ ਜਿਹੜੀਆਂ ਚੀਜ਼ਾਂ ਤੇ ਪਹਿਲਾਂ ਰੁੱਝੇ ਸੀਗੇ ਇਹਨਾਂ ਦੇ ਪਿਓ ਦਾਦਿਆਂ ਨੇ ਇਹ ਕਹਿੰਦੇ ਰਹੇ ਆ ਮੈਂ ਖੁਦ ਗੱਲ ਕਰ ਰਿਹਾ ਇਹਨਾਂ ਦੇ ਜਿਹੜੇ ਵਾਪਸੀ ਉਹ ਕਹਿੰਦੇ ਸੀ ਅਸੀਂ ਤਾਂ ਆਹੀ ਤੇਸੀਆਂ ਕਰਨੀਆਂ ਚੱਕਣੀਆਂ ਅਸੀਂ ਤਾਂ ਆਹੀ ਬੱਠਲ ਚੱਕਨੇ ਆ ਸਾਡਾ ਤਾਂ ਆਹੀ ਕੁਵਾੜਾ ਹੱਥ ਚ ਰਹਿਣਾ ਹੁਣ ਇਹਨਾਂ ਦੇ ਮੁੰਡਿਆਂ ਨੇ ਕੰਮ ਫੜ ਲਿਆ ਹੁਣ ਇਹ ਵੀ ਕਹਣਗੇ ਚਲੋ ਆਪਣਾ ਤਾਂ ਆਹੀ ਕੰਮ ਆ ਆਪਾਂ ਦਾ ਗੰਡੇ ਹੀ ਵੇਚਨੇ ਆ ਪਾਈ ਜਾਣੇ ਇਹ ਰੌਲਾ ਇਹ ਆ ਜਿੰਨਾ ਚਿਰੇ ਖੁਦ ਇੱਕ ਮੈਂ ਕਹੂੰਗਾ ਵੀ ਜਿਵੇਂ ਇੱਕ ਚਾਹ ਮੀਡੀਆ ਹੁੰਦੀ ਨਾ ਉਹ ਮੀਡੀਆ ਅੱਜ ਕੱਲ ਦਾ ਰੋਲ ਕੀ ਸੀ ਲੋਕਾਂ ਦਾ ਰੋਲ ਸੀਗਾ ਇਹ ਲੋਕਾਂ ਦੀ ਆਵਾਜ਼ ਹੁਣ ਗੱਲ ਇਹ ਲੋਕਾਂ ਦੀ ਆਵਾਜ਼ ਕਿਹੜੀ ਹੋ ਗਈ ਇਹ ਜਿਹੜੀ ਆਵਾਜ਼ ਆ ਲੋਕਾਂ ਨੇ ਖੁਦ ਦੱਬੀ ਗਈ ਤੇ ਹੁਣ ਲੋਕਾਂ ਦੀ ਆਵਾਜ਼ ਦੇ ਵਿੱਚ ਗੁੱਸਾ ਨਾ ਕਰਿਆ ਜੇ ਗੱਲ ਦਾ ਮੈਂ ਕੁਝ ਹੁਣ ਉਹਨਾਂ ਦੇ ਵਿੱਚੋਂ ਕੋਈ ਚੈਨਲ ਵਾਲੇ ਬਣ ਜਾਂਦੇ ਆ ਹੋਨ ਉਹਨਾਂ ਨੂੰ ਨਹੀਂ ਪਤਾ ਉਹ ਸਿੱਧੀ ਬਸ ਕਰਦਾ ਜੀ ਭਗਵੰਤ ਮਾਨ ਦੇ ਘਰੇ ਆਹ ਵੇਖੋ ਜੀ ਭਗਵੰਤ ਮਾਨ ਆ ਇਹਨਾਂ ਜਾਨਵਰ ਰੱਖਿਆ ਬੜਾ ਪਿਆਰ ਕਰਦੇ ਆ ਜਾਂ ਮਤਲਬ ਆ ਤੁਸੀਂ ਦੱਸੋ ਆ ਕਿਕਰ ਨੂੰ ਲੱਗਣ ਵਾਲੇ ਤੁੱਕਿਆਂ ਨੂੰ ਕੀ ਕਹਿੰਦੇ ਆ ਆ ਪੁਰਾਣੇ ਵੇਲੇਾਂ ਚ ਕੀ ਹੁੰਦਾ ਸੀਗਾ ਅੱਜ ਇਹ ਰੌਲਾ ਹੀ ਨਹੀਂ ਜਿਹੜਾ ਮੇਰੇ ਵਰਗੇ ਬੋਲ ਰਹੇ ਆ ਇਹ ਕੰਮ ਸੀ মিডিਆ ਦਾ ਪਰ ਉਹ ਕੰਮ ਹੀ ਖਤਮ ਹੋ ਗਿਆ ਤੇ ਜਿਹੜੇ ਲੋਕ ਕਹਿੰਦੇ ਆ ਹੁਣ ਲੋਕਾਂ ਨੂੰ ਬਦਲਾ ਪੁੱਛ ਗਿਆ ਆ ਗਿਆ ਥਾਣੇ ਦੇ ਵਿੱਚ ਸੁਣਵਾਈ ਨਾ ਹੁੰਦੀ ਹੋਵੇ ਇਹਨਾਂ ਦੀ ਉੱਥੇ ਜੂਤ ਵਰਦੇ ਹੁਣ ਕੋਈ ਦਿੱਕਤ ਨਹੀਂ ਇਹਨਾਂ ਦੀ ਕਚਹਿਰੀਆਂ ਦੇ ਵਿੱਚ ਸੁਣਵਾਈ ਨਾ ਹੁੰਦੀ ਹੋਵੇ ਡੀਸੀ ਦਫ਼ਤਰ 7 ਦਿਨਾਂ ਤੋਂ ਲਗਾਤਾਰ ਜਾ ਰਹੇ ਹੋਣ ਤੇ ਇਹਨਾਂ ਨੂੰ 1000 ਰੁਪਿਆ ਮਹੀਨਾ ਮਿਲ ਜੇ ਆਟਾ ਰੱਖਣ ਧਾਲ ਮਿਲ ਜੇ ਇਹਨਾਂ ਦੇ ਕਰਜ਼ੇ ਮਾਫ਼ ਹੋ ਜਾਣ ਇਹਨਾਂ ਨੂੰ ਕਮਰੇ ਮਿਲ ਜਾਣ ਇਹਨਾਂ ਨੂੰ ਫਲਿੱછા ਮਿਲ ਜਾਣ ਇਹਨਾਂ ਨੂੰ ਟਰੈਕਟਰ ਮਿਲ ਜਾਣ ਬਸ ਇਹਨਾਂ ਚੀਜ਼ਾਂ 'ਚ ਖੁਸ਼ ਇਹ ਬਦਲਾ ਨਹੀਂ ਹੁੰਦਾ ਇਹਨਾਂ ਨੇ ਕਹਿਤਾ ਵੀ 1000 ਰੁਪਿਆ ਆਏ ਹਾਏ 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 ਬਸ ਬਿਜਲੀ ਆ ਤੇਰਾ ਭਲਾ ਹੋਵੇ ਤੇਰਾ ਇੱਥੇ 50 50 ਕਿੱਲੇ ਵਾਲੇ ਇੱਥੇ 100 100 ਕਿੱਲੇ ਵਾਲੇ 90 90 ਹਜ਼ਾਰ ਰੁਪਿਆ ਤਨਖਾਹ ਲੈਣ ਵਾਲੇ ਫ੍ਰੀ ਬਿਜਲੀਆਂ ਪਾਲਦੇ ਦੇਸ਼ ਦੀ ਤਰੱਕੀ ਕਿੱਥੋਂ ਹੋ ਜੂਗੀ ਤੁਸੀਂ ਮੈਨੂੰ ਆਪ ਦੱਸ ਦੋ ਜਿਸ ਦੇਸ਼ ਦੇ ਵਿੱਚ ਅਮੀਰ ਲੋਕ ਹੋਣ ਮੈਂ ਤਾਂ ਅਮੀਰ ਕਹੂੰਗਾ ਜਿਹੜਾ ਸੀ 90 ਹਜ਼ਾਰ ਮਹੀਨਾ ਦਾ ਜਿੱਦੇ ਘਰੇ ਵੜਦਾ ਜਿਹੜਾ ਬੰਦਾ ਮੈਂ ਲੋਕਾਂ ਨੂੰ ਪੁੱਛਦਾ ਏਸੀ ਤੁਸੀਂ ਚਲਾਉਣਾ ਏਸੀ ਤੁਸੀਂ ਚਲਾਉਣਾ ਫ੍ਰਿਜਾਂ ਤੁਸੀਂ ਚਲਾਉਣੀਆਂ ਚਾਹੀਦੀਆਂ ਜ਼ਰੂਰਤਾਂ ਯਾਰ ਆਪਣੀਆਂ ਬਿਜਲੀ ਸਸਤੀ ਹੋ ਜਾਏ ਹੁਣ ਤੁਹਾਡੇ ਬੱਚਿਆਂ ਨੂੰ ਤੁਸੀਂ ਕਹਿੰਨੇ ਆ ਵੀ ਜਾਈ ਵੀ ਲੱਗਿਆ ਹੋਵੇ ਤੇ ਲੱਤ ਵੀ ਉਹਦੀ ਐ ਕੀਤੀ ਹੋਵੇ ਵਿਖਾ ਖਮੜਾ ਥੱਲੇ ਵਿਖਾਸੀ ਲੱਤ ਵੀ ਉਹਦੀ ਐ ਕੀਤੀ ਹੋਵੇ ਤੇ ਐ ਹਲਾਈ ਜਾਂਦਾ ਹੋਵੇ ਬੈਠਾ ਜਾਈ ਲੱਗਿਆ ਹੋਵੇ ਕੀ ਕੰਮ ਆਏ ਆ ਜੀ ਕੰਮ ਸਿਹਾਏ ਆਏ ਆ ਜੀ ਆਪਣੀ ਤਾਰਕੁੰਡੀ ਜੇ ਪਰੇ ਕਰਨੀ ਸੀ ਕਰ ਦਿੰਨੇ ਆ ਸੱਦੋ ਲੈਨਮੈਨ ਨੂੰ ਫਲਾਨਾ ਢੋਂਕਾ ਇਹ ਕਹਿੰਦੇ ਮੁੰਡਾ ਸਾਡਾ ਲੈਨਮੈਨ ਵੀ ਲੱਗਿਆ ਹੋਵੇ ਤੇ ਲਾਈਟ ਵੀ ਸਾਨੂੰ 24 ਘੰਟੇ ਮਿਲੇ ਤੇ ਚੱਲੇ ਵੀ ਫਰੀ ਫਿਰ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਚੱਲੂਗੀ ਕਿਵੇਂ ਹੁਣ ਇਹ ਲੋਕ ਕਹਿੰਦੇ ਹੁੰਦੇ ਸੀ ਆਖੇ ਆ ਗਈ ਰੋਡ ਵੇਚ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਉਹਦੀ ਬਾਰੀ ਜਦੋਂ ਰੋਡਵੇਜ ਦੀ ਲਾਰੀ ਚੱਲਣੀ ਫ੍ਰੀ ਆ ਤੇਲ ਵੀ ਉਹਨਾਂ ਨੇ ਆਪ ਦੀ ਜੇਬ ਚੋਂ ਪਾਉਣਾ ਫਿਰ ਸ਼ੀਸ਼ਾ ਕਿੱਥੇ ਹੁਣ ਤੁਸੀਂ ਉਹਦੇ ਉਹਦੇ ਵਿੱਚ ਕਿਹੜਾ ਮੈਂ ਕਹੂੰਗਾ ਵਿੱਚ ਤੁਹਾਨੂੰ ਬਈ ਬਾਕਸ ਬੈਟ ਲਾ ਕੇ ਦੇਣ ਕੀ ਗਲਤ ਗੱਲ ਆ ਉਹਦੇ ਵਿੱਚ ਤਾਂ ਸੀਟਾਂ ਦੀ ਥਾਂ ਤੇ ਹੁਣ ਫੱਟੇ ਰੱਖਣਗੇ ਤੇ ਜਾਂ ਆਪਦਾ ਮੂੜਾ ਲੈ ਕੇ ਜਾਂਦੇ ਰਿਆ ਕਰੋ ਜਾਂ ਆਪ ਦੀ ਕੁਰਸੀ ਚੱਕੀ ਭਾਈ ਕਿੱਥੇ ਚੱਲਿਆ ਮੈਂ ਰੋਡਵੇਜ ਦੀ ਵਾਸਤੇ ਚੱਲਿਆ ਤੇ ਉੱਥੇ ਭਾਈ ਉਹ ਰੱਖਣੀ ਪੈਣੀ ਆ ਕਾਰਨ ਕੀ ਆ ਯਾਰ ਫ੍ਰੀ ਜਦੋਂ ਤੇਲ ਫ੍ਰੀ ਪਾ ਕੇ ਦੇ ਰਹੇ ਆ ਉਹ ਕਿੱਥੇ ਕੀ ਕੰਮ ਕਰ ਦੇਣਗੇ ਹੁਣ ਬਦਲਾ ਦੱਸ ਰਹੇ ਬਦਲਾ ਕਿਵੇਂ ਆਉਣਾ ਕਿਵੇਂ ਨਹੀਂ ਆਉਣਾ ਇਹ ਬਦਲਾ ਲੋਕਾਂ ਨੇ ਲਿਆਉਣਾ ਜਿੰਨਾ ਚਿਰ ਇਹਨਾਂ ਦੇ ਦਿਮਾਗ ਦੇ ਵਿੱਚੋਂ ਕੀੜੇ ਇਹਨਾਂ ਨੇ ਪਾ ਤੇ ਅਸਲ 'ਚ ਵੀ ਫ੍ਰੀ ਆਲਾ ਕੰਮ ਫ੍ਰੀ ਆਲਾ ਕੰਮ ਆ ਹੁਣ ਲਾ ਕੇ ਕੇਸਰੀ ਆਲਾ ਅੱਧਾ ਕਿਲੋ ਦੀ ਐਣਕ ਟਕੇ ਟਕੇ ਦੇ ਸਿੱਟ ਗਿਆ ਗੱਪ ਹੁਣ ਪੰਜਾਬ 'ਚ ਕਿਹੜਾ ਬਦਲਾ ਆਉਣਾ ਗੱਲਾਂ ਦਾ ਬਦਲਾ ਆ ਗਿਆ ਪਹਿਲੇ ਇਹਨਾਂ ਦਾ ਜਿਹੜਾ ਮੇਰੇ ਹਿਸਾਬ ਦੇ ਨਾਲ ਕੋਈ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੰਮ ਹੋ ਜਾਣਾ ਜਾਂ ਕੱਲ੍ਹਿਆਂ ਵੇਲੇ ਕੰਮ ਹੋ ਜਾਣਾ ਇਹਨਾਂ ਦੀ ਆਮ ਪਾਰਟੀ ਨੇ ਜੋ ਚੱਕਣੇ ਨਕਲੀ ਫਰ ਉੱਡ ਕੇ ਜਾਣਾ ਮੈਂ ਤਿਤਲੀ ਬਣ ਕੇ ਉੱਡ ਗਈ ਚਲੋ ਜਾ ਕੇ ਗਈ ਸਾਡੀ ਸਰਕਾਰ ਆਉਂਦਿਓ ਸਾਡੀ ਸਰਕਾਰ ਚ ਐ ਕਰਦੇ ਨਾ ਹੋ ਕਰਦੇ ਨਾ ਲੋਕ ਸੌਖੇ ਵਸਣ ਲਾ ਦੇਣਿਆ ਘਰ ਘਰ ਰੋਜ਼ਗਾਰ ਦੇ ਦੇਣਾ ਅੱਜ ਕਿਹਨੂੰ ਜੱਜ ਤੁਸੀਂ ਮਤਲਬ ਕਰ ਰਹੇ ਹੋ ਡਿਊਟੀ ਜੁਆਇਨ ਜੱਜ ਵਾਲੀ ਕਿ ਨਹੀਂ ਕਿ ਪੱਤਰਕਾਰ ਛੱਡ ਕੇ ਲੱਗ ਰਹੇ ਕੁਝ ਉਹੀ ਕੰਮ ਨਾ ਸਹੀ ਦੱਸਿਆ ਜੀ ਕਾਂਗਰਸ ਦੇ ਵੇਲੇ ਪੱਤਰਕਾਰੀ ਕਰਦੇ ਸੀ ਨਾ 10000 ਭਰਾ ਬਣ ਕੇ ਤੇ ਅੱਜ ਵੀ ਤੁਸੀਂ ਪੱਤਰਕਾਰੀ ਕਰਦੇ ਫਿਰਦੇ ਹੁਣ ਬਦਲਾਅ ਕਦ ਆ ਗਿਆ ਇਹਨਾਂ ਨੂੰ ਸਭ ਕੁਝ ਫ੍ਰੀ ਇਹਨਾਂ ਨੇ ਲੋਕਾਂ ਨੂੰ ਕਰਤਾ ਮੈਂ ਜ ਲੋਕਾਂ ਨੂੰ ਥੋੜੇ ਮਾਧਿਮ ਰਾਈ ਕਹਿੰਨਾ ਭਰਾ ਮੇਰੋ ਤੁਸੀਂ ਕਹੋ 80 8000 ਰੁਪਇਆ ਤਨਖਾਹ ਹੋਵੇ ਥੋਡੀ ਤੇ ਮਹੀਨੇ ਦਾ ਤੁਸੀਂ 4000 ਰੁਪਇਆ ਨਹੀਂ ਭਰ ਸਕਦੇ ਐਹੋ ਜੀ ਫਿੱਟੇ ਲਾਂ ਤਾਂ ਤੁਸੀਂ ਕਿੱਥੋਂ ਮੈਥੋਂ ਹੀ ਲੈਣੀ ਸੀ ਮੈਨੂੰ ਇਹ ਦੱਸੋ ਪਹਿਲਾਂ ਜਿਹੜੇ ਲੋਕਾਂ ਦੇ ਕੋਲ ਪੀਆਂ ਪੀਆਂ ਕਿੱਲੇ ਹੋਣ ਉਹ ਕਹਿੰਦੇ ਹੁਣ ਵੀ ਅਸੀਂ ਫ੍ਰੀ ਬਿਜਲੀ ਬੱਲ ਨਹੀਂ ਆ ਹੁਣ ਕੋਈ ਇੱਕ ਬੰਦਾ ਸੀਗਾ ਮੈਨੂੰ ਕਹਿੰਦਾ ਯਾਰ ਵੀ ਐਸਸੀ ਬੰਦਿਆਂ ਨੂੰ ਤਾਂ ਕਹਿੰਦੇ ਬਿਜਲੀ ਵੀ ਫ੍ਰੀ ਹੁੰਦੀ ਆ ਤੇ ਮੈਂ ਕਿਹਾ ਭਾਈ ਤੂੰ ਐਸਸੀ ਬਣ ਜਾ ਫਿਰ ਸਰਟੀਫਿਕੇਟ ਮੈਂ ਬਣਾ ਦੇਣਾ ਤੇਰਾ ਇੱਧਰ ਤਾਂ ਕੁਝ ਨਹੀਂ ਹੋ ਸਕਦਾ ਤੇ ਮੈਨੂੰ ਤੂੰ ਜਰ ਨਾਲ ਬਣਾ ਦੇ ਜਿਹੜੀ ਤੇਰੀ 25 ਕਿੱਲੇ ਉਹ ਮੈਨੂੰ ਦੇ ਦੇ ਤੇ ਜਿਹੜੀ ਭੁੱਖ ਮੰਗੀ ਆ ਉਹ ਤੂੰ ਮੈਥੋਂ ਲੈ ਲੈ ਕਿ ਗਲਤ ਗੱਲ ਆ ਇਹ ਲੋਕਾਂ ਦੇ ਦਿਮਾਗ 'ਚੋਂ ਕੀੜਾ ਕੱਟਣਾ ਪੈਣਾ ਵੇਖੋ ਸਭ ਤੋਂ ਵੱਡੀ ਪਰਮਾਤਮਾ ਨੇ ਜ਼ਿੰਦਗੀ ਤੁਹਾਨੂੰ ਇੱਕ ਦੇਤੀ ਆ ਆਪਾਂ ਕਿਸੇ ਲੀਡਰ ਨੂੰ ਮੈਂ ਹੁਣ ਇੱਥੇ ਮਾੜਾ ਨਹੀਂ ਕਹਿ ਰਿਹਾ ਇਹ ਸਾਰੇ ਲੀਡਰਾਂ ਨੂੰ ਵੀ ਆਖ ਰਿਹਾ ਪਰਮਾਤਮਾ ਨੇ ਜ਼ਿੰਦਗੀ ਇੱਕ ਤੁਹਾਨੂੰ ਦੇ ਦਿੱਤੀ ਆ ਹੁਣ ਤੁਸੀਂ ਇੱਥੇ ਆਉਨੇ ਆ ਤੁਹਾਨੂੰ ਕਾਰ ਵੀ ਉਹਨੇ ਦੇ ਦਿੱਤੀ ਆ ਜਿਹੜੇ ਚੰਗੇ ਲੋਕ ਅਸੀਂ ਅਸੀਂ 90 9000 ਰੁਪਏ ਤਨਖਾਹ ਲੈ ਰਹੇ ਆ ਤੁਸੀਂ ਯਾਰ ਐਸੀ ਵੀ ਚਲਾ ਰਹੇ ਆ ਜਿਹੜੇ ਲੋਕ ਲੋਕ ਤਾਂ ਕਹਿੰਦੇ ਸਾਡੇ ਕੋਲ ਪੈਸਾ ਹੋਵੇ ਮੈਨੂੰ ਲੋਕਾਂ ਦਾ ਨਹੀਂ ਪਤਾ ਮੈਂ ਕਹਿਣਾ ਮੈਂ ਕਹਿਣਾ ਮੇਰੇ ਕੋਲ ਵਾਧੂ ਪੈਸਾ ਹੋਵੇ ਤੇ ਮੈਂ ਬਿੱਲ ਜੇ ਮੇਰਾ 5000 ਬੰਦਾ ਹੋਵੇ ਤਾਂ ਮੈਂ 15000 ਦੇ ਦੇ ਕਰ ਵੀ ਚੱਕੋ ਭਾਈ ਸਾਡੇ ਉੱਤੇ ਹੀ ਲੱਗਨੇ ਆ ਜਾਂ ਤਾਂ ਲੈ ਤਾਂ ਜਿਹੜੇ ਕਹ ਲੋ ਬਿਜਲੀ ਫ੍ਰੀ ਮੰਗਣੀ ਬੰਦ ਕਰ ਦੋ ਤੇ ਜਾਂ ਉਹਦੇ ਬੱਚਿਆਂ ਨੂੰ ਸੜਕਾਂ ਤੇ ਭੋਣਾ ਬੰਦ ਕਰ ਦੋ ਜਾਂ ਨੌਕਰੀਆਂ ਲੈ ਲਓ ਤੇ ਜਾਂ ਭਾਈ ਤੁਸੀਂ ਰੁਜ਼ਗਾਰ ਲੈ ਲਓ ਜਾਂ ਤੁਸੀਂ ਬਿਜਲੀਆਂ ਫ੍ਰੀ ਲੈ ਲਓ ਜਿੱਦੇ ਤੁਹਾਡੇ ਬੱਚੇ 40-40000 ਰੁਪਏ ਤੇ ਵੀ ਨੌਕਰੀਆਂ ਲਾ ਕੇ ਉਹ ਮਹੀਨੇ ਦਾ 4000 ਰੁਪਿਆ ਬਿਜਲੀ ਬਿੱਲ ਵੀ ਭਰ ਸਕਦੇ ਆ ਉੱਪਰ 10000 ਰੁਪਏ ਦਾ ਆਟਾ ਰਾਂ ਛੰਡਾਲ ਵੀ ਖਾ ਸਕਦੇ ਆ ਪਿੱਛੇ ਉਹਨਾਂ ਕੋਲ ਫਿਰ ਵੀ ਮੇਰੇ ਖਿਆਲ ਦੇ ਵਿੱਚ ਲਗਭਗ ਜਿਹੜਾ ਕਹਿੰ ਲੋ 26000 ਬਚੂਗਾ ਤੇ 26000 ਦੇ ਵਿੱਚੋਂ 6000 ਰੁਪਿਆ ਰਿਸ਼ਤੇਦਾਰੀ ਚ ਆਵਾਜਾਈ ਦਾ ਖਰਚਾ ਕਰ ਸਕਦੇ ਆ 20000 ਬਚੂਗਾ ਮਹੀਨੇ ਦੀ ਮਹੀਨੇ ਜੋੜੀ ਜਾਓ ਜੇ ਜਾਓ 20000 ਰੁਪਿਆ ਬੈਂਕ 'ਚ ਜਾ ਕੇ 20 ਲੱਖ ਦਾ ਲੋਨ ਚੱਕ ਲਿਆ ਜੇ ਤੇ ਤੁਹਾਡੇ ਬੱਚਿਆਂ ਨੂੰ 20 ਲੱਖ ਦਾ ਜਦੋਂ ਲੋਨ ਚੱਕ ਲਿਆ 10000 ਰੁਪਿਆ ਕਿਸ਼ਤ ਭਰੀ ਜਾਓ ਜੇ ਉਸ 20 ਲੱਖ ਦੀ ਤੇ 20 ਲੱਖ ਦੀ ਕੋਠੀ ਵੀ ਪੈ ਜਾਊਗੀ ਲੋਕੀ ਤਾਂ ਕਹਿੰਦੇ ਬਦਲਾ ਬਦਲਾ ਵੱਡੇ ਵੀਰ ਮੈਂ ਤੁਹਾਨੂੰ ਦੱਸ ਦਿੰਦਾ ਬਦਲਾ ਬਹੁਤ ਵਧੀਆ ਹੋਇਆ ਸਭ ਤੋਂ ਬਦਲਾ ਵੱਡਾ ਤਾਂ ਹੋਇਆ ਭਗਵੰਤ ਮਾਨ ਦੀ ਮਾਤਾ ਜੀ ਦਾ ਜਿਹੜੇ ਕਹਿੰਦੇ ਹੁੰਦੇ ਸੀ ਲੋਕਾਂ ਦਾ ਪੈਸਾ ਮੈਂ ਕਿਉਂ ਲਵਾਂ ਗਨਮੈਣ ਅੱਜ ਉਹਨਾਂ ਕੋਲ ਗਨਮੈਣ ਵੀ ਆ ਗਏ ਆ ਸਾਰਾ ਸਿਸਟਮ ਆ ਗਿਆ ਬਤਲਾ ਫਿਰ ਦੂਜੇ ਨੰਬਰ ਤੇ ਭਗਵੰਤ ਮਾਨ ਜੀ ਦਾ ਹੋਇਆ ਇਹਦੇ ਵਿਚਾਰੇ ਤੇ ਗਿੱਟਿਆਂ ਤੋਂ ਮੈਲ ਲੈਂਦੀ ਸੀ ਗਿੱਟਿਆਂ ਤੋਂ ਮੈਲ ਲੈਂਦੀ ਲੈਂਦੀ ਇਹਨੇ ਕਿਹਾ ਵੀ ਲੈ ਵੀ ਹੁਣ ਤੋਂ ਮੁੱਖ ਮੰਤਰੀ ਬਣ ਗਿਆ ਤੇ ਹੁਣ ਮੇਰੇ ਪੈਰਾਂ ਤੋਂ ਨਿਕਲਦੀਆਂ ਸੋਨੇ ਦੀ ਪਰਤ ਚਾਂਦੀ ਦੀ ਪਰਤ ਹੁਣ ਜਿਹੜੇ ਡੁਬਾ ਜਿਹੜੇ ਆਪਣੀ ਇਥੇ ਕਈ ਕੇਂਦਰ ਤੇ ਜਿਹੜੇ ਮੰਤਰੀ ਉਹ ਤੇ ਦੇ ਮਗਰ ਮਗਰ ਫਿਰਦੇ ਆ ਉਹ ਤਾਂ ਕਹਿੰਦੇ ਆਖੇ ਮੁੱਖ ਮੰਤਰੀ ਜੀ ਤੁਸੀਂ ਪੈਰ ਸਾਡੇ ਘਰੇ ਆ ਕੇ ਧੋਇਆ ਕਰੋ ਜਿਹੜੇ ਤੁਹਾਡੇ ਪਾਏ ਆ ਨਾ 3500 ਡਾਲਰ ਦੇ ਬੂਟ ਜਿਹੜੇ 3 ਲੱਖ ਦੇ ਬੂਟ ਬੰਦੇ ਆ ਉਹ ਤੁਸੀਂ ਕਹਿੰਦੇ ਵੀ ਸਾਡੇ ਘਰੇ ਪੈਰ ਆ ਕੇ ਧੋਕੇ ਜਾ ਕਰੋ ਕਹਿੰਦੇ ਖਜ਼ਾਨਾ ਸੀ ਵੀ ਭਰ ਲਿਗੇ ਤੇ ਲੋਕਾਂ ਦਾ ਸਵਾਰ ਦੇ ਕੇ ਇਹਦੇ ਪਹਿਲਾਂ ਗਿੱਟਿਆਂ ਤੋਂ ਮੈਲ ਲੈਂਦੀ ਸੀ ਅੱਜ ਇਹਦੇ ਸੋਨੇ ਦੀ ਪਰਤੂਕਰ ਲੱਗੀ ਤੇ ਇਹ ਪਾਈ ਫਿਰਦਾ 35 3500 ਡਾਲਰ ਦੇ ਬੂਟ ਤੇ ਆ ਸਾਡੀ ਵਿਖਾਖਾਂ ਭਰਾ ਜੁੱਤੀ ਅੱਜ ਤਾਂ ਮੈਲ ਹੀ ਹੋਈ ਪਈ ਆ ਉਹ ਹੀ 350 ਵਾਲੀ ਇਹਨੇ ਕੋਈ ਸਿਸਟਮ ਨਹੀਂ ਇਹ ਭਾਈ ਸਾਹਿਬ ਬਦਲਾ ਇਹਨਾਂ ਦਾ ਹੋਇਆ ਇਹਨਾਂ ਦੇ ਐਮ.ਐਲ.ਏ ਨਵੇਂ ਜੀ ਲਾਭ ਸਿੰਘ ਉਹ ਕਹ ਤੁਸੀਂ ਜਾਣਦੇ ਹੋ ਉਹ ਕਹਿੰਦੇ ਸੀ ਮੈਂ ਆਮ ਘਰ ਦਾ ਮੁੰਡਾ ਮੈਂ ਮੋਬਾਈਲ ਰਿਪੇਅਰ ਕਰਦਾ ਸੀ ਹਾਂ ਜੀ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਸਰਪੰਚ ਨਾਲ ਹਾਂ ਜੀ ਥੱਪੜ ਕਾਹਨ ਤੁਸੀਂ ਜਾਣਦੇ ਹੋ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਮੈਂ ਬਾਅਦ ਚ ਪਹਿਲਾਂ ਕਹੂੰਗਾ ਪਹਿਲੇ ਇੱਕ ਮੈਨੂੰ ਉਹ ਮੰਨ ਇਹਨਾਂ ਦੇ ਐਮ.ਐਲ.ਏ ਦੱਸੋ ਜੀ ਦਾ ਫੋਨ ਖਰਾਬ ਹੋਇਆ ਸੀ ਉਹਨੇ ਡੀ.ਸੀ ਨੂੰ ਫੋਨ ਲਾਇਆ ਸੀ ਹਾਂ ਕੌਣ ਸੀ ਉਹਨਾਂ ਦਾ ਸੀਗਾ ਆਪਣੇ ਮੌੜ ਹਲਕੇ ਦਾ ਇਹਨਾਂ ਦਾ ਹੀ ਸੀਗਾ ਮਤਲਬ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਸੀਗਾ ਅੱਛਾ ਹੁਣ ਹੁਣ ਗੁੱਸਾ ਕਰਨਗੇ ਫੋਨ ਉਹਦਾ ਖਰਾਬ ਹੋਇ ओके वाट देर ਉਹਨੇ ਇਹ ਗੱਲ ਕਹੀ ਸੀ ਕਿ ਮੈਂ ਤੇਰੇ ਚਪੇੜੇ ਮਾਰ ਤੇ ਤੈਨੂੰ ਮਾਰ ਮਾਰ ਅੰਦਰ ਸਿੱਟਿਆ ਹੁੰਦਾ ਜੇ ਉਹ ਮਾਰੇ ਸੀਗੇ ਉਹਦੇ ਆਪਾਂ ਉਸ ਦੀ ਬੋਲੀ ਕਹਿ ਲੈਨੇ ਆ ਪਹਿਲੇ ਤੋਂ ਐਮਐਲਏ ਮੁੱਕਰ ਗਿਆ ਹੁਣ ਜਿਹੜੇ ਆਮ ਪਾਰਟੀ ਦੇ ਸੀਗੇ ਉਹ ਕਹਿੰਦੇ ਜੀ ਇਹਨਾਂ ਨੇ ਮੁੱਦਾ ਬਣਾ ਲਿਆ ਜੀ ਐ ਕਰ ਲਿਆ ਜੀ ਉਹਨੇ ਯੋਹ ਕਰ ਲਿਆ ਜੀਗਾ ਹੁਣ ਸਰਪੰਚ ਦੀ ਪਤਾ ਨਹੀਂ ਬੋਲ ਬਾਣੀ ਇਹੋ ਜੀ ਆ ਤੇ ਸਰਪੰਚ ਵੀ ਉੱਥੇ ਬੋਲ ਰਿਹਾ ਸੀਗਾ ਹੁਣ ਅਗੂ ਉਹ ਕਹਿੰਦਾ ਵੀ ਤੇਰੇ ਮਾਰ ਮਾਰ ਅੰਦਰ ਸਿੱਟਿਆ ਹੋਵੇ ਹੁਣ ਅੰਦਰ ਸਿੱਟਿਆ ਵੀ ਪੁੱਛਣ ਵਾਲਾ ਹੋਵੇ ਵੀ ਭਲਿਆ ਮਾਨਸਾ ਤੂੰ ਮੁਕਤੀ ਦੇਣੀ ਹੈ ਲੋਕਾਂ ਨੂੰ ਵੀ ਤੂੰ ਕਿੱਡਾ ਜੇਲਰ ਤਖੜਾ ਬਣ ਗਿਆ ਬਈ ਅੰਦਰ ਸਿੱਟਣ ਵਾਸਤੇ ਐਮਐਲਏ ਬਣਿਆ 5 ਸਾਲਾਂ ਦੀ ਪਰੌਣੀ ਜਿੰਦੇ ਤੂੰ ਐਵੇਂ ਨਾ ਕਿਤੇ ਮਾਨ ਕਰੀ ਜਿਹੜੇ ਪਹਿਲਾਂ ਵਾਲੇ ਐਮਐਲਏ ਬੰਦੇ ਸੀਗੇ ਇਹਨਾਂ ਦੀ ਆਮ ਪਾਰਟੀ ਦੇ ਵਿੱਚ ਵੀ ਉਹ ਐਮਐਲਏ ਬਣੇ ਆ ਜਿਨ੍ਹਾਂ ਨੇ ਨਾ ਜੁੱਤੀਆਂ ਘਸਾਤੀਆਂ ਆਉਂਦੀਆਂ ਐਮਐਲਏ ਬਣਨ ਵਾਸਤੇ ਤੇ ਭਰਾਵਾ ਲੋਕਾਂ ਨੇ ਵੇਖਿਆ ਨਹੀਂ ਕਿ 2022 ਦੇ ਵਿੱਚ ਝਾੜੂ ਵੇਖੀਗੇ ਬੰਦਾ ਨਹੀਂ ਵੇਖਿਆ ਉਹਨਾਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਭਾਈ ਫਲਾਨਾ ਝਾੜੂ ਹੈ ਗਿਆ ਪਤਾ ਨਹੀਂ ਕਿਤੇ ਪੁੱਠੇ ਵਰਜਣ ਹੁਣ ਪੁੱਠੇ ਵਰੀ ਜਾਂਦੇ ਛੱਕ ਲੋ ਅੱਗੇ ਇਹੀ ਕਹਿੰਦੇ ਸੀ ਨਾ ਕਾਲੀ ਕਾਂਗਰਸੀਆਂ ਦੇ ਬੰਦੇ ਜਿਹੜੇ ਮੁੱਖ ਅਹੁਦਿਆਂ ਤੇ ਰਹੇ ਸੀ ਜਾਂ ਮੰਨ ਲਓ ਪਿੰਡਾਂ ਦੇ ਵਿੱਚ ਉਹ ਬੰਦੇ ਪਤਾ ਕੀ ਕਹਿੰਦੇ ਸੀ ਐਕਤੀ ਬਦਲਾ ਲੈਣਾ ਤੇ ਬਦਲਾ ਲਿਆ ਉਹ ਫਿਰ ਆ ਗਿਆ ਹੁਣ ਬਦਲਾ ਚੈੱਕ ਕਰੋ ਉਹ ਸਰਪੰਚ ਦੇ ਤਾਂ ਬਦਲਾ ਆ ਗਿਆ ਮਾਰ ਮਾਰ ਕੇ ਤੇਰੇ ਅੰਦਰ ਸਿੱਟਿਆ ਆਵੇ ਆ ਜੇਲਰ ਇਹਦੇ ਇਹ ਭਾਈ ਸਾਹਿਬ ਉਹੀ ਗੱਲ ਆ ਗਈ ਐਮਐਲਏ ਇਹਨਾਂ ਨੂੰ ਮਰੀ ਮਰਾਈ ਤੇ ਤੇ ਮਰੀ ਮਰਾਈ ਤੇ ਸ਼ੇਰ ਹੋ ਗਏ ਇੱਕ ਮਾਰ ਕੇ ਸ਼ਿਕਾਰ ਕਰਨ ਹੁਣ ਇਹਨਾਂ ਨੂੰ ਤਾਂ ਸ਼ਿਕਾਰ ਸਿੱਧਾ ਹੋ ਗਿਆ ਭਾਈ ਪਰ ਹੋਰਸ ਕੇ ਫੜਾਤੀ ਵੀ ਆ ਚੱਕੋ ਐਮਐਲਏ ਹੁਣ ਫਿਰਦੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਐਮਐਲਏ ਹੁੰਦਾ ਕੀ ਚੀਜ਼ ਆ ਉਹਦਾ ਕੀ ਆ ਅਸਲ ਦੇ ਵਿੱਚ ਇਤਿਹਾਸਾਂ ਦੇ ਵਿੱਚ ਲਿਖਿਆ ਜਾਣਾ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਐਮਐਲਏ ਬਣੇ ਆ ਉਹਨਾਂ ਸਾਲ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਕਿਸੇ ਨੇ ਮੈਂਬਰ ਨਹੀਂ ਬਣਾਉਣਾ ਹਾਂ ਆ ਜਿਹੜੇ ਹੁਣ ਨਾਂਗਦੇ ਨੇ ਕਾਲੀ ਕਾਂਗਰਸਾਂ ਦੇ ਉਹਨਾਂ ਨੂੰ ਤਾਂ ਕੋਈ ਅਗਲਾ ਐ ਕਰ ਹੀ ਦਿੰਦਾ ਤੇ ਇਹਨਾਂ ਨੂੰ ਕਿਸ ਨੇ ਐ ਵੀ ਨਹੀਂ ਕਰਨਾ ਕੋਲ ਛੱਡ ਪਰ ਮੱਥੇ ਲੱਗ ਗਿਆ ਕੁਝ ਮਾੜਾ ਨਾ ਹੋ ਜੀ ਯਾਦ ਰੱਖ ਲੋ ਲੋਕਾਂ ਦਾ ਵਿਸ਼ਵਾਸ ਇਹਨਾਂ ਨੇ ਚੂਰੋ-ਚੂਰ ਕਰਤਾ ਹਲੇ ਵੀ ਕੁਝ ਲੋਕ ਹੈਗੇ ਆ ਬਾਹਰ ਬੈਠੇ ਆ ਜਾਂ ਪੰਜਾਬ ਚ ਬੈਠੇ ਆ ਉਹ ਕਹਿੰਦੇ ਸਾਲ ਕੀ ਹੋਇਆ ਇਹਨਾਂ ਨੂੰ ਆਇਆ ਨੂੰ ਹੁਣ ਮੈਨੂੰ ਤੁਸੀਂ ਇਹ ਦੱਸੋ ਭਾਈ ਸਾਹਿਬ ਮੈਂ 2020 ਚ ਕਹਿੰਦਾ ਸੀ ਵੀ ਇਹ ਪਾਰਟੀ ਨੇ ਤੁਹਾਡਾ ਕੱਖ ਨਹੀਂ ਕਰਨਾ ਪੰਜਾਬ ਦੇ ਲੋਕੋ ਆਖਰ ਨੂੰ ਤੁਹਾਨੂੰ ਆਪ ਦੇ ਝੰਡੇ ਬਣਾਉਣੇ ਪੈਣਗੇ ਆਪ ਨੂੰ ਆਪ ਹੀ ਤੁਸੀਂ ਝਾਕੋ ਵਿਧਾਨ ਸਭਾ ਤੇ ਲੋਕ ਸਭਾ ਵੱਲ ਲੋਕਣ ਤੂੰ ਐ ਕੀਤਾ ਤੈਨੂੰ ਪਤਾ ਨਹੀਂ ਉਹ ਮੁੱਖ ਮੰਤਰੀ ਸੀਟ ਤੇ ਲੜਨਾ ਹੈ ਹੁਣ ਬਣ ਗਏ ਹੁਣੇ ਸਾਲ ਹੋ ਗਿਆ ਇਹ ਬੀਬਾ ਅਨਮੋਲ ਗਗਨ ਮਾਨ ਰੌਲਾ ਪਾਉਂਦੇ ਨੇ ਸੇ 50 ਮਿੰਟਾਂ ਦੇ ਵਿੱਚ ਐਮਐਸਪੀ ਐ ਐ ਛੁਟਕੀਆਂ ਨਾਲ ਹੀ ਐਮਐਸਪੀ ਅੱਜ ਤਾਰਿਆਂ ਨਾਲ ਨਹੀਂ ਦਿੱਤੀ ਜਾਂਦੀ ਇਹਨਾਂ ਤੋਂ ਪਹਿਲਾਂ ਛੁਟਕੀਆਂ ਨਾਲ ਦੇਈ ਤੁਰੇ ਹੁੰਦੀ ਸੀ ਇਹ ਸਿਰਫ ਗੱਲਾਂ ਕਰਕੇ ਬਣ ਗਏ ਆ ਪਹਿਲੇ ਦੂਜੀਆਂ ਸਰਕਾਰਾਂ ਚ ਨੁਕਸ ਕੱਢ ਰਹੇ ਸੀਗੇ ਹੁਣ ਅੱਜ ਮੈਂ ਨੁਕਸ ਕੱਢੀ ਜਾਵਾਂ ਕੱਲ ਨੂੰ ਮੈਂ ਕਹਾਂ ਹਲੇ ਸਾਲ ਕ ਮੈਨੂੰ ਲੱਗਣਾ ਤੇ ਫਿਰ ਤੂੰ ਸਾਲ ਕ ਬਾਅਦ ਆ ਜਾਂਦਾ ਤੈਨੂੰ ਕਿ ਲੋੜ ਸੀ ਬਾਈ ਚਾਹੁੰਦੀ ਤੂੰ ਮੈਂ ਤਾਂ ਤੌਰਲਾ ਕਰਦਾ ਵੀ ਭਾਈ ਮੈਂ ਕਿ ਇਲੈਕਸ਼ਨ ਲੜ ਲੈਣਾ ਤੇ ਮੈਨੂੰ 27 ਤੁਸੀਂ 27 'ਚ ਮੈਂ ਬਣ ਜਾਊਗਾ ਤੇ ਤੈਨੂੰ ਲੋੜ ਹੀ ਨਹੀਂ ਸੀ ਜਿੱਤਣ ਦੀ ਘਰੇ ਬੈਂਦੇ ਤੁਸੀਂ ਫਿਰ ਇਹ ਆਪਣਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਜੀ ਮੈਂ ਤਾਂ ਟਰੈਕਟਰ ਖੋਲਦਾ ਰਿਆਂ ਬਦਨ 10 12 ਚਾਬੀ ਨਾਲ ਕਿਹਾ ਸੀਗਾ ਮੈਨੂੰ ਪਤਾ ਵੀ ਚੈਣ ਫੁਲਾਨਾ ਟੌਂਕਾ ਕਿਹੜੀ ਚੈਣ ਕਿੱਥੇ ਪਈ ਆ ਉਹ ਅਖੇ ਪੁਰਾਣੀਆਂ ਸਰਕਾਰਾਂ ਨੇ ਚੈਣ ਵੀ ਵੇਚਤੀ ਐਵੇਂ ਵੀ ਕਰਤੀ ਮੈਂ ਕਿ ਤੇਰਾ ਆਹੀ ਹਾਰਿਆ ਤੂੰ ਬਾਡੀ ਵੀ ਵੇਚ ਦੇਣੀ ਐ ਦੀ ਪੱਲੇ ਨੇ ਕੱਖ ਨਹੀਂ ਛੜਨਾ ਹੁਣ ਬਾਡੀ ਵੇਚਦਾ ਵੇਚਦਾ ਪਹਿਲਾ ਨੰਬਰ ਵੀ ਇਹ ਜੋ ਟਰੈਕਟਰ ਦਾ ਇੰਨਾ ਵਧੀਆ ਕੰਮ ਕਰਦਾ ਸੀ ਇਹ ਕੋ ਚੰਗਾ ਮਕੈਨਿਕ ਦੀ ਦੁਕਾਨਦਾਰੀ ਖੋਲਦਿਆਂ ਨੂੰ ਕੀ ਲੋਡ ਸੀ ਮੁੱਖ ਮੰਤਰੀ ਬੰਦੀ ਇਹਨੂੰ ਸੋਨਾ ਨਹੀਂ ਮਿਲਣਾ ਸੀ ਜਿਹੜਾ ਬਾਹਾਂ ਦੇ ਵਿੱਚ ਪਾਇਆ ਹੋਇਆ ਇਹ 35 3500 ਡਾਲਰ ਦੇ ਬੂਟ ਨਹੀਂ ਮਿਲਨੇ ਸੀ ਕਦੇ ਤੁਹਾਨੂੰ ਇਹ ਚੀਜ਼ ਚੰਗੀ ਵਿਖਾਉਂਗਾ ਬਹਿ ਕੇ ਗੱਲ ਕਰਨ ਆਲੀ ਆ ਤਾਂ ਇਹਨਾਂ ਦੀ ਤੁਸੀਂ ਫੋਟੋਆਂ ਚੈੱਕ ਕਰਿਆ ਜੀ ਭਗਵੰਤ ਮਾਨ ਦੀਆਂ ਦਿੱਲੀ ਨਵੇਂ ਲੀੜੇ ਨਵਾਂ ਕੋਟ ਕਦੇ ਖੁੱਲਿਆ ਹੋਇਆ ਕੋਟ ਐ ਕਰਕੇ ਐ ਕਦੇ ਜੜਿਆ ਹੋਇਆ ਕੋਟ ਕਦੇ ਐਂ ਵਾਲੀ ਜੈਕਟ ਮੇਰਾ ਤਾਂ ਇੱਕ ਹੀ ਆ ਚਲੋ ਲੋਕ ਖੁਆਬ ਬਣਾਓ ਕਦੇ ਪੀਲੀ ਜੈਕਟ ਹੋ ਗਈ ਕਦੇ ਕਿਵੇਂ ਪਹਿਲੇ ਬੰਨਦਾ ਸੀ ਭਗਵੰਤ ਮਾਨ ਵਾਲੀ ਉਹ ਆਪਣੇ ਭਗਵੰਤ ਸਿੰਘ ਭਗ ਸਿੰਘ ਵਾਲੀ ਪੱਗ ਅੱਜ ਕੱਲ ਪੱਗ ਬਦਲਤੀ ਮੈਨੂੰ ਕੋਈ ਬੰਦਾ ਕਹਿੰਦਾ ਪਹਿਲਾਂ ਤਾਂ ਭਗਤ ਸਿੰਘ ਵਾਲੀ ਪੱਗ ਬੰਨਦਾ ਸੀ ਮੈਂ ਕਿਹਾ ਅੱਜ ਕੱਲ ਜੜਨ ਪ੍ਰਗਟ ਹੋ ਗਿਆ ਹੁਣ ਇਹਦੇ ਵਿੱਚ ਕੀ ਪਤਾ ਲੱਗਦਾ ਭਾਈ ਸਾਹਿਬ ਕੋਈ ਬਦਲਾ ਨਹੀਂ ਕੋਈ ਕੁਛ ਨਹੀਂ ਸਿਰਫ ਤਾਂ ਸਿਰਫ ਗੱਲਾਂ ਹੋਈਆਂ ਗੱਲਾਂ ਚੱਲ ਰਹੀਆਂ ਜੇ ਹੁਣ ਲੋਕ ਕਹਿੰਦੇ ਵੀ ਸਾਲਕ ਹੋਇਆ ਉੰਜ 75 ਸਾਲਾਂ ਦਾ ਗੰਦ ਆ ਯਾਰ ਇਹ ਕਿਹੜਾ ਗਲੀਆਂ ਚ ਨਾਲੀਆਂ ਕੱਢਦੇ ਫਿਰਦੇ ਆ ਗੰਦ ਨਿਕਲਣਾ ਕੱਢਣਾ ਜਦੋਂ ਤੁਸੀਂ ਕਿਹਾ ਵੀ ਅਸੀਂ ਯਕਦਮ ਕੰਮ ਆ ਕੇ ਕਰ ਦਾਂਗੇ ਇਹਨਾਂ ਨੇ ਕੰਮ ਕੋਈ ਨਹੀਂ ਪੂਰਾ ਗੱਲਾਂ ਕੀਤੀਆਂ ਗੱਲਾਂ ਤੋਂ ਸਭ ਕੁਝ ਨਹੀਂ ਕੀਤਾ ਇਹ ਤੁਹਾਡੇ ਸਾਹਮਣੇ ਹੀ ਆ ਪਾ ਕੋਈ ਦੱਸਣ ਦੀ ਲੋਕਾਂ ਨੂੰ ਲੋੜ ਨਹੀਂ ਗਈ 1000 ਰੁਪਏ ਮਹੀਨਾ ਦਾ ਮੈਂ ਕਦੇ ਨਹੀਂ ਰੋਲਾ ਪਾਇਆ 1000 ਰੁਪਏ ਦੇ ਕੇ ਆਪਣਾ ਸਬਰਨਾ ਨਹੀਂਗਾ ਕੁਝ ਉਹ ਚੜਨਾ ਸਮਾਂ ਦੀ ਉਹ ਜੇਕਰ 1 ਕਰੋੜ ਔਰਤ ਨੂੰ ਵੀ 1000 ਰੁਪਏ ਦਿੱਤਾ ਜਾਵੇ 1000 ਕਰੋੜ ਮਹੀਨੇ ਦਾ ਹੋ ਗਿਆ ਤੇ ਸਾਲ ਦਾ 12000 ਕਰੋੜ ਹੋ ਗਿਆ 55 ਸਾਲਾਂ ਦਾ 60000 ਕਰੋੜ ਰੁਪਇਆ ਪੰਜਾਬ ਦੇ ਸਿਰ ਚੜਨਾ ਨਾ ਕਿ ਉਹ ਲੈਣਾ ਹੁਣ ਚੜ੍ਹਾਈ ਇਹ ਜਾਂਦਾ ਕਰ ਜੇ ਉਹ ਹੁਣ ਜੇ ਪਹਿਲਾਂ ਕਹਿੰਦਾ ਹੁਣ ਇਹੀ ਕੰਮ ਹੋ ਇਹਨਾਂ ਦਾ ਹੋ ਜਾਣਾ ਛੱਡਿਆ ਬਾਈ ਅਗਲਾ ਪੱਤਰਕਾਰ ਸਵਾਲ ਪੁੱਛੂਗਾ ਬਾਈ ਜੀ ਕੁਝ ਕਰੋਗੇ ਪੰਜਾਬ ਦਾ ਇਹਨਾਂ ਕਰਨਾ ਕਿੱਥੋਂ ਕਰਦੇ ਆ ਖਜ਼ਾਨਾ ਤਾਂ ਖਾਲੀ ਪਿਆ ਤੇ ਪੀਪਾ ਕਹੇ ਨੂੰ ਤੇਰੇ ਵਾਲੇ ਬੋਲਾ ਆਖੇ ਪੀਪਾ ਖਾਲੀ ਪਿਆ ਤੇ ਮੈਂ ਪੀਪੇ ਵਾਲੇ ਮੰਤਰੀ ਨੂੰ ਕਹੂੰਗਾ ਕਿ ਜਦੋਂ ਪਹਿਲਾਂ ਹੀ ਖਜ਼ਾਨਾ ਖਾਲੀ ਹੋਇਆ ਨਾ ਤਾਂ ਮੇਰੇ ਬਾਪ ਨੇ ਉਦੋਂ ਫੋਰਚੂਨਰ ਕਢਾਈ ਸੀ ਨਾ ਕੋਈ ਤੁਸੀਂ ਫੋਰਚੂਨਰ ਕਢਾਈ ਸੀ ਸਰਕਾਰੀ ਖਜ਼ਾਨੇ ਚੋਂ ਅਸੀਂ ਤਾਂ ਚਾਹ ਪੀਤੀ ਟੈਕਸ ਦਿੱਤਾ ਰੋਟੀ ਖਾਧੀ ਟੈਕਸ ਦਿੱਤਾ ਜੇ ਸਾਨੂੰ ਕੋਈ ਹੋਰ ਵੀ ਅਸੀਂ ਇੱਥੇ ਕੋਈ ਕਾਗਜ਼ੀ ਪੱਤਰੀ ਕੰਮ ਕਰਨਾ ਅਸੀਂ ਤਾਂ ਵੀ ਟੈਕਸ ਦੇਣਾ ਹੁਣ ਟੈਕਸ ਅਸੀਂ ਤਾਂ ਦੇ ਦੇ ਕੇ ਖਜ਼ਾਨਾ ਭਰਨ ਵਾਲੇ ਆ ਖਾਲੀ ਕਰਨ ਨਾਲ ਤਾਂ ਤੁਸੀਂ ਸਾਡੇ ਦੇ ਵਿੱਚ ਕੀ ਦੋਸ਼ ਆ ਇਹਨਾਂ ਦਾ ਕੰਮ ਇਹ ਬਣ ਚੁੱਕਿਆ ਵੱਡੇ ਭਾਈ ਜੀ ਸਿਰਫ ਗੱਲਾਂ ਕਰ ਰਿਹਾ ਜਿਹੜਾ ਕਿਹੜਾ ਹੁੰਦਾ ਬਹਾਨਾ ਚੰਗਾ ਉਹਨਾਂ ਕੋਲ ਖਜ਼ਾਨਾ ਖਾਲੀ ਆ ਜੇ ਖਜ਼ਾਨਾ ਖਾਲੀ ਆ ਭਾਈ ਤੁਹਾਡੇ ਕੋਲ ਸੋਨਾ ਕਿੱਥੋਂ ਆ ਰਿਹਾ ਜੇ ਖਜ਼ਾਨਾ ਖਾਲੀ ਆ ਦਿੱਲੀ ਦੇ ਲੱਖਾਂ ਰੁਪਈਆ ਵਾਲੇ ਕੋਟ ਕਿੱਥੋਂ ਆ ਰਹੇ ਆ ਜੇ ਖਜ਼ਾਨਾ ਖਾਲੀ ਆ ਤੁਹਾਡੇ ਘਰ ਵਾਲੀ ਕੋਲ ਗੱਡੀਆਂ ਕਿੱਥੋਂ ਆ ਰਹੀਆਂ ਲੈਂਡ ਕਲੂਜ਼ਰ ਜੇ ਖਜ਼ਾਨਾ ਖਾਲੀ ਆ ਤਾਂ ਮੈਨੂੰ ਇਹ ਜਵਾਬਤਾ ਦੇ ਦਿਓ ਮਾਤਾ ਤੁਹਾਡੇ 25000 ਰੁਪਈਆ ਨਾਲ ਗੁਜ਼ਾਰਾ ਮਸਾ ਹੁੰਦਾ ਸੀ ਇੰਨੇ ਕਰਜ਼ਾਈ ਸੀ ਕਿਹੜਾ 25000 ਰੁਪਏ ਨੂੰ ਕਿਹੜਾ ਕੋਈ ਲੱਗ ਗਿਆ ਵਿਆਜ ਉਹਨੂੰ ਜਿਹੜਾ ਦੁੱਗਣੇ ਕਰ ਕਰ ਸਿੱਟੀ ਤੁਰਿਆਂਦਾ ਅਸੀਂ ਕੋਈ 10000 ਰੁਪਏ ਦੇ ਦਈਏ ਇਹ ਖਜ਼ਾਨਾ ਖਾਲੀ ਕਰਦੇ ਆ ਇਹ ਲੋਕ ਸਾਡੇ ਆរី ਖਜ਼ਾਨਾ ਖਾਲੀ ਇੰਨਾਂ ਆਰੀ ਤਾਂ ਉੱਤ ਬਾਹਰ ਡੋਲਦਾ ਕਿਤੇ ਇਹ ਖਜ਼ਾਨਾ ਖਾਲੀ ਦੀ ਗੱਲ ਆ ਮਨਪ੍ਰੀਤ ਬਾਦਲ ਹੁੰਦੇ ਸੀ ਕਾਂਗਰਸ ਦੇ ਵਿੱਚ ਜੀ ਠੀਕ ਹੈ ਵਿੱਤ ਮੰਤਰੀ ਉਹ ਹੁਣ ਭਾਜੀਪੀ ਵਿੱਚ ਚਲੇ ਗਏ ਜੀ ਉਹਨਾਂ ਬਾਰੇ ਕਹੋਗੇ ਉਹਨਾਂ ਬਾਰੇ ਕੀ ਕਵਾਂ ਬਾਈ ਜੀ ਅਸਲ ਦੇ ਵਿੱਚ ਸੱਚ ਕਵਾਂ ਕਿ ਝੂਠ ਕਵਾਂ ਸੱਚ ਸੱਚ ਕਹਿੰਨੇ ਆ ਇਹ ਜਿਹੜੇ ਲੋਕ ਆ ਨਾ ਕਹਿੰਦਾ ਆਵਾਂ ਜਾਵਾਂ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਇਹ ਲੋਕ ਕੁਰਸੀਆਂ ਮਾਰੇ ਰਹਿਣ ਵਾਲੇ ਆ ਅੱਜ ਸੱਚ ਕਹਿ ਰਹੇ ਆ ਯਾਦ ਰੱਖਿਆ ਜੇ ਇਹਨਾਂ ਨੂੰ ਪੰਜਾਬ ਨੂੰ ਨਾ ਤੁਸੀਂ ਰੋੜੀਕੁੱਟ ਚੜਾ ਦੋ ਉੱਤੇ ਲੋਕ ਚਿੱਕਾਂ ਮਾਰੀ ਜਾਣ ਇਹਨਾਂ ਨੂੰ ਕੋਈ ਦਿੱਕਤ ਨਹੀਂ ਕੀ ਲੋਕ ਬਿੰਦ ਨੂੰ ਮਰਦੇ ਆ ਹੁਣ ਮਰ ਜਾਣ ਯਾਦ ਰੱਖੋ ਤੁਸੀਂ ਗੱਲ 50 ਸਾਲ 5 ਸਾਲ ਇਹਨੇ ਪਹਿਲਾਂ ਰਾਜ ਕੀਤਾ ਇਹਨਾਂ ਦਾ ਇਹ ਕਿ ਇਹਨਾਂ ਦਾ ਸਿਸਟਮ ਸਿਰਫ ਇੱਕ ਗੱਲ ਆ ਵੀ ਕੁਰਸੀ ਹੋਵੇ ਕੁਰਸੀ ਤੇ ਰਾਜ ਕਰਨਾ ਹੁਣ ਇਹਨੂੰ ਪਤਾ ਲੱਗ ਗਿਆ ਵੀ 5 ਸਾਲ ਤਾਂ ਕੰਮ ਔਖਾ ਹੋ ਗਿਆ ਹੁਣ ਮੈਂ ਬੀਜੇਪੀ 'ਚ ਜਾਵਾਂ ਮੈਂ ਫਿਰ ਤੋਂ ਗੱਲ ਸੁਣਾ ਦਿੰਨਾ ਕਹਿੰਦਾ ਆਵਾਂ ਜਾਵਾਂ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਮਨਪ੍ਰੀਤ ਬਾਦਲ ਸਿਆ ਸਿਰਫ ਕੁਰਸੀਆਂ ਪਿੱਛੇ ਤੁਸੀਂ ਉਧਰ ਗਏ ਆ ਜੇ ਤੁਹਾਨੂੰ ਕੁਰਸੀਆਂ ਪਿਆਰੀਆਂ ਨਾ ਹੁੰਦੀਆਂ ਤੇ ਅੱਜ ਲੋਕਾਂ ਦੇ ਇਹ ਹਾਲ ਹੀ ਨਹੀਂ ਹੋਣੇ ਸੀ ਪਹਿਲਾਂ ਸੱਜਣ ਕਿਤੇ ਕਾਮਰੇਡਾਂ ਕੋਲ ਬਹਿਂਦਾ ਹੁੰਦਾ ਸੀ ਫਿਰ ਕਹਿੰਦੇ ਨੇ ਅਕਾਲੀਆਂ ਵਿੱਚ ਆਇਆ ਫਿਰ ਇਹਨੇ ਆਪ ਦੀ ਕੋਈ ਪਪਲ ਪਾਰਟੀ ਸ਼ੁਰੂ ਕੀਤੀ ਸੀ ਉਹ ਪਿੱਪਲ ਦੀ ਜੜ੍ਹ 'ਚ ਕਿਸੇ ਨੇ ਪਾਣੀ ਨਹੀਂ ਪਾਇਆ ਤੇ ਪਿੱਪਲ ਸੁੱਕ ਗਿਆ ਤੇ ਜੋ ਸੁੱਕਣ ਤੋਂ ਬਾਅਦ ਫਿਰ ਇਹਨੇ ਕਾਂਗਰਸ ਜੋਇਨ ਕਰ ਲਈ ਅੱਜ ਹੁਣ ਭਾਜਪਾ ਜਾਂਦਾ ਰਿਹਾ ਤੇ ਹੁਣ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਪਾਰਟੀ ਵੀ ਨਹੀਂ ਰਹਿ ਗਈ ਕੀ ਰਹਿ ਗਈ ਹੁਣ ਜੇ ਆਪ ਦੀ ਬਣਾਉਗਾ ਤੇ ਪਾਣੀ ਇੱਕੇ ਦਾ ਪਾਣੀ ਕਿਸੇ ਨੇ ਪਾਇਆ ਨਹੀਂ ਸੁੱਕ ਗਿਆ ਤਾਂ ਉਹ ਐਕਚੁਅਲੀ ਝਟਕੇ ਨਾਲ ਜਿਹੜੇ ਆਏ ਨੇ ਪਾਰਟੀ ਬਣਾ ਲਈ ਉਹ ਝਟਕੇ ਨਾਲ ਹੀ ਸੜ ਜਾਣੀ ਐ ਇਹ ਭਾਈ ਸਾਹਿਬ ਇਹਨਾਂ ਦਾ ਕੁਰਸੀਆਂ ਦਾ ਮਸਲਾ ਸਿਰਫ ਤੇ ਸਿਰਫ ਕੁਰਸੀਆਂ ਕਰਕੇ ਗਏ ਆ ਸ਼ਬਦ ਤਾਂ ਮੈਂ ਕਹਿੰਦਾ ਕੋਈ ਕਰਾਰੇ ਕਰਾਰੇ ਜੇ ਹੁਣ ਇਹ ਕੁਝ ਗੱਲਾਂ ਕੁ ਚਿੱਖੀਆਂ ਜੀਆਂ ਹੋਣ ਪਰ ਕੀ ਕਰਾਂ ਵੀ ਮੇਰੇ ਸਾਹਵ ਨਾਲ ਇਹਨਾਂ ਨੂੰ ਇਹਨਾਂ ਨੂੰ ਚੁੱਪ ਨਹੀਂ ਗਈਆਂ ਇਹ ਲੋਕਾਂ ਦਾ ਕੰਮ ਏ ਆ ਕਿ ਸਾਡੀ ਠਾਣਕ ਚਹਰੀਆਂ ਚ ਪੂਰੀ ਮੁੱਛ ਖੜੀ ਹੋਵੇ ਅਸੀਂ ਲੋਕਾਂ ਤੋਂ ਕੀ ਲੈਣਾ ਇਹ ਇਹਨਾਂ ਲੋਕਾਂ ਨੂੰ ਜੇ ਪੰਜਾਬ ਦਾ ਫਿਕਰ ਹੁੰਦਾ ਪੰਜਾਬ ਦੇ ਲੋਕਾਂ ਦਾ ਫਿਕਰ ਹੁੰਦਾ ਇਹਦੀ ਸਰਕਾਰ ਦੇ ਵਿੱਚ ਕੀ ਕੁਝ ਹੁੰਦਾ ਰਿਆ ਉਦੋਂ ਮਾਸਤ ਰਿਆ ਹੁਣ ਅੱਜ ਜਾ ਕੇ ਸਰਕਾਰ ਨਿੰਦਣ ਲੱਗ ਗਿਆ ਇਹਦੀ ਇੱਥੇ ਸੁਣਵਾਈ ਸੁਣਮੋਈ ਨਹੀਂ ਹੁੰਦੀ ਹਣੀ ਕਾਂਗਰਸ ਦੇ ਵਿੱਚ ਜਾ ਕੇ ਅਜ ਉਧਰ ਬਹਿ ਗਿਆ ਤੇ ਦੋ ਤਿੰਨ ਸਾਲਾਂ ਬਾਅਦ ਜੇ ਭਾਜਪੀ ਚ ਨਾ ਸੁਣਵਾਈ ਹੋਈ ਫਿਰ ਇਹਨੇ ਆ ਕੇ ਇੱਧਰ ਫਿਰ ਡੈ ਪੈਣਾ ਵੀ ਉਹ ਤਾਂ ਜੀ ਉਰਦੂ ਵਾਲੀ ਭਾਸ਼ਾ ਕਿ ਉਹ ਉਰਦੂ ਜੀ ਮੈਨੂੰ ਤਾਂ ਆਉਂਦੀ ਨਹੀਂ ਹਾਲਾ ਬੀਲਾ ਕਰਕੇ ਨੇ ਤੇ ਆਪ ਦਾ ਕਰਦਣਾ ਸਿਸਟਮ ਵੇਖੋ ਇੱਕ ਨਾ ਮੇਰੀ ਤੁਹਾਡੇ ਇੱਕ ਬੇਨਤੀ ਸੱਚਾ ਤੁਹਾਡੇ ਮਾਧਿਅਮ ਰਹੀ ਮੇਰੇ ਤੇ ਕਿ ਗਰੀਬੀ ਬਹੁਤ ਹੈ ਤੁਹਾਡਾ ਚੈਨਲ ਗਰੀਬੀ ਚੱਕ ਸਕਦਾ ਇਹ ਜੇਕਰ ਗੱਲ ਆਪਣੇ ਉਹਦੇ ਤੱਕ ਪਹੁੰਚ ਜਾਵੇ ਮਾਨਪ੍ਰੀਤ ਬਾਦਲ ਤੱਕ ਤੇ ਉਹਦੇ ਕੋਲ ਨਾ ਖਜ਼ਾਨਾ ਬਹੁਤ ਤਕੜਾ ਹੈਗਾ ਜਦੋਂ ਉਹ ਨਾ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਸੀਗਾ ਤੇ ਉਹ ਕਹਿੰਦੇ ਸੀ ਵੀ ਤੁਸੀਂ ਰਾਜੇ ਵਡਿੰਗ ਬਾਰੇ ਕੀ ਕਹੋਗੇ ਉਹ ਨਸੀਬ ਸਸਤੇ ਲੋਕਾਂ ਵਾਸਤੇ ਮਹੰਗੇ ਅਥਰੂ ਨਹੀਂ ਵਧਾਉਂਦਾ ਤੇ ਮੈਨੂੰ ਬਾਟਿਕ ਉਹਦੇ ਅਥਰੂਆਂ ਦੀ ਦਵਾ ਦਿਓ ਜੇ ਆਖੋਗੇ ਤਾਂ ਆ ਬਾਟਿਕ ਅਥਰੂਆਂ ਦੀ ਦਵਾ ਦਿਓ ਹੋਰ ਨਾ ਕੋਈ ਕੋਠੀ ਵਠਲਾ ਪਾ ਲਾਂਗੇ ਇਹਦੇ ਅਥਰੂ ਬੜੇ ਮਹੰਗੇ ਆ ਭਾਈ ਤੇਰੇ ਅਥਰੂ ਇੱਥੇ ਜੇ ਘੈਂ ਥੱਲੇ ਡਿੱਗ ਪੈਣੇ ਕੌਡੀਆਂ ਦੇ ਪਾਣੀ ਵਿਕਨੇ ਇਹਨਾਂ ਦਾ ਕੰਮ ਸਿਰਫ ਵੱਡੇ ਬਾਈ ਜੀ ਕੁਰਸੀਆਂ ਤੱਕ ਦਾ ਹੋਰ ਇਹਨਾਂ ਦਾ ਕੋਈ ਕੰਮ ਨਹੀਂਗਾ ਇਹ ਮਨਪ੍ਰੀਤ ਬਾਦਲ ਵਾਸਤੇ ਗੱਲ ਸਪੈਸ਼ਲ ਆ ਅੱਛਾ ਅੱਛਾ ਇੱਕ ਬਲਕਾਰ ਸਿੱਧੂ ਨੂੰ ਤਾਂ ਤੁਸੀਂ ਜਾਣਦੇ ਹੋ ਹਾਂ ਹਾਂਜੀ ਉਹਨਾਂ ਦੀ ਇੱਕ ਵੀਡੀਓ ਫੇਰ ਆਈ ਹੈ ਕੱਲ ਕਦ ਭੰਗੜੇ ਪਾਈ ਜਾਂਦੇ ਐਂ ਵਾਲੀ ਐ ਨਹੀਂ ਐ ਸੁਣੋ ਚੱਲੋ ਹੂੰ ਵੇ ਮੈਂ ਕੇਸਰੀਆਲ ਉੱਤੇ ਮਰ ਮਿੱਟੀ ਉਹਦਾ ਮੁੱਕੋ ਦਾ ਛਾੜ ਵੇਂਦਿਆਂ ਸਾਰ ਵੇ ਮੈਂ ਕੇਸਰੀਆਲ ਉੱਤੇ ਮਰ ਮਿੱਟੀ ਹੁਣ ਉਹ ਲੋਕ ਹੀ ਕਹਿੰਦੇ ਆ ਯਾਰ ਉਹ ਇੱਥੇ ਲੋਕਾਂ ਨੇ ਸੁਣੀ ਚੱਲਿਆ ਜੇ ਲੋਕ ਕਹਿੰਦੇ ਯਾਰ ਉਹਦਾ ਕੰਮ ਆ ਖਾੜੇ ਲਾਉਣਾ ਤਾਂ ਉਹ ਖਾਊਗਾ ਕਿੱਥੋਂ ਐਮ ਐਲ ਏ ਦੀ ਤਨਖਾਹ ਹੁੰਦੀ ਆ ਲੱਖ ਲੱਖ 110000 ਰੁਪਏ ਤਕਰੀਬਨ ਹੁਣ ਉਹ ਲੱਖਾਂ ਰੁਪਏ ਤਨਖਾਹ ਆ ਉਹਨੂੰ ਕਾਦੀ ਮਿਲਦੀ ਆ ਤਨਖਾਹ ਲੱਖ ਰੁਪਏ ਮਿਲਦੀ ਆ ਵੀ ਭਾਈ ਤੂੰ ਆ ਜਾ ਕੇ ਲੋਕਾਂ ਦੇ ਕੰਮ ਸਵਾਰ ਹੁਣ ਉਹ ਕੰਮ ਤਾਂ ਸਵਾਰ ਨਹੀਂ ਰਿਹਾਗਾ ਉਹ ਜਾ ਕੇ ਖਾੜੇ ਲਾ ਰਿਆ ਹੁਣ ਖਾੜਿਆਂ ਵੱਲੋਂ ਵੀ ਲਾਈ ਜਾਂਦਾ ਉਦੋਂ ਪੁਲਿਸ ਵਾਲਿਆਂ ਕੋਲ ਗਿਆ ਸੀਗਾ ਕਹਿੰਦਾ ਕਿ ਤੁਸੀਂ 1000 ਰੁਪਏ ਰਿਸ਼ਵਤ ਲਈ ਆ ਤੇ ਆ ਕੀ ਲੈਂਦਾ ਫਿਰ ਨਹੀਂ ਵੀ ਰਿਸ਼ਵਤ ਹੀ ਆ ਜਿਹੜਾ ਤਾਂ ਇਹਨਾਂ ਨੂੰ ਦੇਣੋਂ ਤਾਂ ਫੰਡ ਆ ਜਿਹੜਾ ਕੋਈ ਦੂਜਾ ਲਵੇ ਉਹ ਰਿਸ਼ਵਤ ਆ ਮੇਰੇ ਭਾਤ ਉਹ ਵੀ ਰਿਸ਼ਵਤ ਆ ਕੰਮ ਕਰਾਉਣ ਵਾਸਤੇ ਪਰ ਹੁਣ ਜਿਹੜੇ ਖਾੜੇ ਲਾ ਰਿਆ ਇਹਨੂੰ ਭੰਗੜੇ ਪਾਉਣ ਵਾਸਤੇ ਰੱਖਿਆ ਲੋਕਾਂ ਨੇ ਇਹ ਆਉ ਦੇ ਹਲਕੇ ਦੇ ਵਿੱਚ ਜਾਵੇ ਖਜ਼ਾਨੇ ਦਾ ਇਹ ਵੀ ਬੰਦਾ ਨਾਸ ਮਾਰ ਰਿਆ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਨਾਲ ਉਹ ਵੀ ਸਰਕਾਰੀ ਜਾਂਦੀਆਂ ਹੋਣੀਆਂ ਗਨਮੈਨ ਵੀ ਸਰਕਾਰੀ ਜਾ ਰਹੇ ਆ ਤੇ ਇਹ ਬੰਦਾ ਉੱਥੇ ਖਾੜੇ ਲਾਉਣ ਤੇ ਪੁਲਿਸ ਪਰੇ ਖੜੀ ਹੁੰਦੀ ਹੈ ਲੈ ਲੜੀਆ ਇਹਨੂੰ ਕੁਝ ਲੋਕ ਤਾਂ ਜਿਆਦਾ ਅੱਜਕੱਲ ਸੱਤ ਰਹੇ ਆ ਉਹਨਾਂ ਨੂੰ ਪਤਾ ਨਾਲੇ ਤਾਂ ਇਹਨੂੰ ਕੋਈ 2-4 ਲੱਖ ਦੇਵਾਂਗੇ ਨਾਲੇ ਨਚਾ ਛੱਡਾਂਗੇ ਨਾਲੇ ਗਵਾ ਛੱਡਾਂਗੇ ਨਾਲੇ ਕੋਈ ਕੰਮ ਹੋਇਆ ਤਾਂ ਉਹਨੂੰ ਸ਼ਪਾਰਚ ਲੈ ਕਢਾ ਛੱਡਾਂਗੇ ਇਹ ਕੰਮ ਇਹ ਤੇ ਇਹ ਆ ਹੁਣ ਮੈਂ ਇਹ ਗੱਲ ਕਹਿ ਰਿਹਾ ਖਾੜੇ ਲਾਵੇ ਸਾਨੂੰ ਕੋਈ ਦਿੱਕਤ ਨਹੀਂ ਕਲਾਕਾਰ ਆ ਗਾਣੇ ਅਸੀਂ ਵੀ ਇਹਦੇ ਕਦੇ-ਕਦੇ ਸੁਣਦੇ ਆ ਵਧੀਆ ਗਾਉਂਦਾ ਗਵਈਆ ਚੰਗਾ ਸਾਡਾ ਭਰਾ ਏ ਪਰ ਇਹਦੇ ਹਸਤੇ ਆ ਗੱਲ ਮਾਰੀ ਆ ਜਾਂ ਤੂੰ ਐਮਐਲਏ ਨਾ ਬੰਦਾ ਹੁਣ ਇਹਦਾ ਬਿਆਨ ਇਹ ਸੀ ਦੂਜੀਆਂ ਸਰਕਾਰਾਂ ਨੇ ਕੁਛ ਨਹੀਂ ਕੀਤਾ ਤੇ ਹੁਣ ਤੇਰੀ ਸਰਕਾਰ ਨੇ ਕਿਹੜੇ ਫੁੱਲ ਲਾਤੇ ਇਹ ਬਲਕਾਰ ਸਿੱਧੂ ਐਮਐਲਏ ਇਹ ਐਮਐਲਏ ਕਿਗੇ ਕਿ ਸਿੰਗਰ ਕਿਗੇ ਚਲੋ ਆਪਾਂ ਦੋਨੇ ਚੀਜ਼ਾਂ ਲਾਨੇ ਸਿੰਗਰ ਐਮਐਲਏ ਬਲਕਾਰ ਸਿੱਧੂ ਨਾਲੇ ਤਾਂ ਤਨਖਾਹ ਲੈ ਰਿਆ ਨਾਲੇ ਖਾੜੇ ਲਾ ਕੇ ਪੈਸੇ ਜੇਬ ਚ ਪਾ ਰਿਆ ਜਾਂ ਤਾਂ ਭਗਵੰਤ ਮਾਨ ਨੂੰ ਇਹ ਮਹੀਨਾ ਦਿੰਦਾ ਹੋਊਗਾ ਮੈਂ ਤਾਂ ਗੱਲ ਠਕਾ ਕੇ ਕਹੂੰਗਾ ਇੱਥੇ ਜਾਤੇ ਭਗਵੰਤ ਮਾਨ ਨੂੰ ਮਹੀਨਾ ਦਿੰਦਾ ਹੋਊਗਾ ਵੀ ਆ ਚੱਕੋ ਨਾਲੇ ਤੁਸੀਂ ਗਾਣੇ ਸੁਣ ਲਿਆ ਕਰੋ ਜੇ ਫੇਸਬੁੱਕ ਤੇ ਨਾਲੇ ਆ ਮਹੀਨਾ ਚੱਕੋ ਮੈਂ ਖਾੜੇ ਲਾਉਣੇ ਆ ਆ 2 ਲੱਖ ਤੁਸੀਂ ਮਹੀਨੇ ਦਾ ਮੈਥੋਂ ਲਈ ਜਾ ਮੈਨੂੰ ਖਾੜੇ ਲਾਉਣ ਦਿਓ ਨਾਲੇ ਮੇਰੇ ਤਨਖਾਹ ਜਾ ਕਰੂਗੀ ਇਹ ਭਾਈ ਸਾਹਿਬ ਘਾਟਾ ਪੈ ਰਿਹਾ ਮੈਂ ਕਹਿੰਦਾ ਇਹ ਐਮਐਲਏ ਦੀ ਭੰਗ ਕਰਕੇ ਦੂਜੇ ਨੂੰ ਜਿਮਨੀ ਚੋਂ ਕਰਾਈ ਜਾਵੇ ਹੋਰ ਕੋਈ ਐਮਐਲਏ ਬਣਾਇਆ ਜਾਵੇ ਅੱਛਾ ਤੁਸੀਂ ਵੀਡੀਓ ਪਾਈ ਸੀ ਦੀ ਉੱਪਰ ਵਾਲਾ ਜਦੋਂ ਦਿੰਦਾ ਛੱਪੜ ਪਾੜ ਕੇ ਦਿੰਦਾ ਹਨਾ ਉਹ ਵੀ ਖੱਡ ਪੱਟੀ ਕੀ ਕੀ ਮਾਮਲਾ ਉਹ ਮਾਮਲਾ ਇਹ ਹੈਗਾ ਜੀ ਪਹਿਲਾਂ ਤਾਂ ਪੰਜਾਬ ਦੇ ਲੋਕਾਂ ਨੂੰ ਗੱਲ ਕਹਿ ਦੇਵਾਂ ਹੁਣ ਆਪਣੇ ਜਿਹੜੇ ਬੱਚੇ ਆ ਉਹ ਬਾਹਰਲੇ ਦੇਸ਼ਾਂ 'ਚ ਕਦੇ ਨਹੀਂ ਜਾਣਗੇ ਭਗਵੰਤ ਮਾਨ ਸਿਆ ਤੇਰੇ ਤੇ ਮਾਨ ਹੁੰਦਾ ਕਈ ਗੱਲਾਂ ਤੇ ਮੈਂ ਤਾਂ ਇੱਥੇ ਵੀ ਕਹੂੰਗਾ ਤੁਸੀਂ ਵੀ ਨਾਲ ਕਹੋ ਜੇ ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਦੀ ਬੱਲੇ ਬੱਲੇ ਭਗਵੰਤ ਮਾਨ ਨੇ ਹੁਣ ਤੁਹਾਡੇ ਬੱਚੇ ਬਾਹਰ ਨਹੀਂ ਜਾਂਦੇ ਨੇ ਭਗਵੰਤ ਮਾਨ ਨੇ ਤੁਹਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਦੇਣਾ 80 8000 ਰੁਪਏ ਤੇ ਲੱਗਦੇ ਨੂੰ ਤਨਖਾਹ ਹੋਊਗੀ ਹੁਣ ਮੈਂ ਦੱਸ ਦਿੰਨਾ ਇੱਕ ਤਾਂ ਭਗਵੰਤ ਮਾਨ ਕੇ ਆਉਂਦੀ ਜ਼ਮੀਨ ਦੇ ਵਿੱਚ ਮੱਛੀ ਪਾਲਣ ਵਾਸਤੇ ਟੋਏ ਪਟਾ ਰਹੇ ਸੀਗੇ ਉਹਨਾਂ ਦੇ ਸਮੇਂ ਵਾਸਤੇ ਹੁਣ ਉੱਥੋਂ ਕੀ ਨਿਕਲਿਆ ਉੱਥੋਂ ਸੀ ਭਾਈ ਸਾਹਿਬ ਸੋਨਿਆ ਦੀ ਖਾਨ ਨਿਕਲ ਆਈ ਹੁਣ ਸੋਨਿਆ ਦੀ ਜਿਹੜੀ ਖਾਨ ਨਿਕਲੀ ਆ ਉਸ ਤੋਂ ਬਾਅਦ ਇਹਨਾਂ ਨੂੰ ਚੰਦਨ ਦਾ ਬਾਗ ਥਿਆਗਾ ਜਿੱਥੇ ਪੁਸ਼ਪਾ ਮੂਵੀ ਹੋ ਐ ਆਲੀ ਪੁਸ਼ਪਾ ਮੂਵੀ ਆ ਉਹ ਜਿੱਥੇ ਸ਼ੂਟ ਹੋਈ ਆ ਹੁਣ ਉਹ ਪੁਸ਼ਪਾ ਮੂਵੀ ਸ਼ੂਟ ਇਹਨਾਂ ਦੇ ਚੰਦਨ ਦੇ ਬਾਗ 'ਚ ਹੋਈ ਆ ਇੱਕ ਤਾਂ ਚਿੱਟਾ ਚੰਦਨ ਤੇ ਇੱਕ ਲਾਲ ਚੰਦਨ ਇਹ ਤਿੰਨੇ ਚੀਜ਼ਾਂ ਥੇ ਆ ਗਈਆਂ ਹੁਣ ਮੇਰੀ ਇਹ ਬੇਨਤੀ ਆ ਵੀ ਜਿਹੜੇ ਪੰਜਾਬ ਦੇ ਬੰਦੇ ਆ ਨਾ ਉਹ ਤੁਸੀਂ ਹੁਣ ਉਹਨਾਂ ਨੂੰ ਨੌਕਰੀ ਲਾਓ ਜੇ ਕਿਤੇ ਯੂਪੀ ਵਾਲਿਆਂ ਨੂੰ ਨਾ ਲਾ ਲਓ ਜੇ ਇਹ ਮੇਰੀ ਇਹਨਾਂ ਨੂੰ ਅਪੀਲ ਆ ਹੱਥ ਜੋੜ ਕੇ ਜਿਹੜਾ ਤੇ ਇਹਨਾਂ ਨੇ ਉਹ ਸੋਨਾ ਜਿਹੜਾ ਨਿਕਲਿਆ ਉਹਦੇ ਇਹਨਾਂ ਨੇ ਕੰਗਣ-ਕੁੰਗਣ ਕਢਾਏ ਆ ਇਹ ਜਿਹੜੀ ਕੰਗਣ ਹੀ ਸੱਚਾਈ ਆ ਹੁਣੇ ਮੈਂ ਗੱਲ ਕਿਉਂ ਕਰ ਰਿਹਾ ਇਹ ਵੀ ਪੁੱਛੋ ਆਪਣੇ ਜਿਹੜੇ ਸਾਧੂ ਸਿੰਘ ਧਰਮਸੋਧ ਆ ਉਹਨਾਂ ਨੇ ਉਹਨਾਂ ਨੂੰ ਵਿਜੀਲੈਂਸ ਨੇ ਚੱਕਿਆ ਫਿਰ ਤੋਂ ਗ੍ਰਿਫਤਾਰ ਕੀਤਾ ਪਹਿਲਾਂ ਜ਼ਮਾਨਤ ਤੇ ਸੀਗੇ ਹੁਣ ਉਹ ਚੱਕਿਆ ਕਾਦੇ ਹਸਤੇ ਉਹ ਕਹਿੰਦੇ ਵੀ ਇਨਕਮ ਤਾਂ ਇਹਦੀ ਘੱਟ ਸੀਗੀ ਪਰ ਪ੍ਰਾਪਰਟੀ ਜ਼ਿਆਦੇ ਆ ਗਈ ਮੈਂ ਕਹਾਂ ਵੀ ਇਹ ਤਾਂ ਗੱਲ ਤਾਂ ਸਹੀ ਆ ਵੀ ਲੱਖ ਰੁਪਈਆ ਤਨਖਾਹ ਹੁੰਦੀ ਆ ਮੰਤਰੀ ਦੀ ਕੋਈ ਕਲੇਮ ਕੋਲੋਂ ਪਲਾ ਕੇ ਕੋ 2 ਲੱਖ ਲੈ ਲੈਂਦਾ ਹੋਊਗਾ ਤੇ ਕਰੋੜਾਂ ਰੁਪਈਆ ਅਰਬਾਂ ਰੁਪਈਆ ਦੀ ਪ੍ਰਾਪਰਟੀ ਬਣਾਈ ਬੈਠਾ ਹੁਣ ਅੰਦਰ ਤਾਂ ਕਰਨਾ ਚਾਹੀਦਾ ਸੀਗਾ ਸਾਧੂ ਸੰਗਤ ਧਰਮ ਸੋਧ ਨੂੰ ਹੁਣ ਫਿਰ ਜਿਹੜੇ ਆਪਣੇ ਆ ਭਾਈ ਸਾਹਿਬ ਪਾ ਰਹੇ ਆ ਸੋਨਾ ਪਾਇਆ ਇਹਨਾਂ ਦੇ ਪਰਿਵਾਰਾਂ ਦੇ ਭਗਵੰਤ ਮਾਨ ਜੀ ਦੇ ਸੋਨਾ ਉਧਰੋਂ ਸੋਨਾ ਲੈਂਡ ਕਲੂਜ਼ਰ ਗੱਡੀਆਂ 3500 ਡਾਲਰ ਦੇ ਬੂਟ ਉਧਰੋਂ ਕਾ ਡਾਕਟਰ ਗੋਰਪਰੀ ਜੀ ਦੇ ਜੁੱਤੀ ਪਾਈ ਹੈ ਜਿਹੜੀ ਪੌਣੇਕ 2 ਲੱਖ ਰੁਪਈਆ ਦੀ ਫਿਰ ਜਾਂ ਤਾਂ ਫਿਰ ਸੋਨੇ ਦੀ ਖਾਨ ਹੀ ਨਿਕ ਜਾਫਰ ਚੰਦਨ ਦਾ ਬਾਗ ਹੁਣ ਚੰਦਨ ਦਾ ਬਾਗ ਵੀ ਇਹਦੇ ਕੋਲ ਹੈ ਨਹੀਂ ਤੇ ਨਾ ਇਹਦੇ ਕੋਲ ਦੂਜਾ ਕਹਿ ਲੋ ਵੀ ਸੋਨੇ ਦੀ ਖਾਨ ਫਿਰ ਉਹ ਇੰਨਾ ਪੈਸਾ ਕਿੱਥੋਂ ਗਿਆ ਹੁਣ ਵਿਜੀਲੈਂਸੁੱਤੀ ਪਈ ਨਾ ਕੱਲ ਨੂੰ ਇਹਨਾਂ ਨੇ ਫਿਰ ਆਉਣਾ ਸਰਕਾਰ 'ਚ ਕਿਸੇ ਸਰਕਾਰ 'ਚ ਇਹਨਾਂ ਭਗਵੰਤ ਮਾਨ ਚੱਕ ਲੈਣਾ ਇੱਥੇ ਵਿਜੀਲੈਂਸ ਤੇ ਵੀ ਪਰਚਾ ਬੰਦਦਾ ਕਿ ਇਹ ਡਿਊਟੀ ਆਪਦੀ ਸਹੀ ਨਹੀਂ ਕਰਦੀ ਜੇਕਰ ਸਾਧੂ ਸਿੰਘ ਧਰਮ ਸੋਧ ਨੇ ਵਾਕਈ ਇਹ ਕੰਮ ਕੀਤੇ ਆ ਕੀਤੇ ਹੋਣਗੇ ਤਾਂ ਹੀ ਨੇ ਚੱਕਿਆ ਜੇਕਰ ਕੀਤੇ ਆ ਤਾਂ ਇਹਨਾਂ ਨੇ 2020 ਦੇ ਵਿੱਚ ਕਿਉਂ ਨਹੀਂ ਚੱਕਿਆ 2021 ਦੇ ਵਿੱਚ ਕੌਣ ਹੀ ਗ੍ਰਿਫਤਾਰ ਕੀਤਾ ਇਹਦਾ ਮਤਲਬ ਇਹ ਆ ਵੀ ਜਿਹਦੀ ਮੌਜੂਦਾ ਸਰਕਾਰ ਆ ਫਿਰ ਜਿਹਦੀ ਖਾਂਦੇ ਹਾ ਬਾਜਰੀ ਉਸਰੀ ਭਰਦੀ ਹਾਜ਼ਰੀ ਫਿਰ ਗਲਤ ਕੰਮ ਫਿਰ ਲੋਕਤੰਤਰ ਦੇਸ਼ ਕਾਦਾ ਹੋ ਗਿਆ ਜਦੋਂ ਇਹ ਆਪ ਦੀ ਮਾਣਾ ਹੀ ਨਹੀਂ ਕਰ ਸਕਦੇ ਫਿਰ ਲੋਕਤੰਤਰ ਦੇਸ਼ ਹੋ ਕਾਦਾ ਗਿਆ ਇਸ ਕਰਕੇ ਭਾਈ ਸਾਹਿਬ ਮੈਂ ਵਿਜੀਲੈਂਸ ਨੂੰ ਹੁਣ ਫਿਰ ਬੇਨਤੀ ਕਰ ਰਿਹਾ ਜੀ ਨਾ ਤਾਂ ਭਗਵੰਤ ਮਾਨ ਕੋਲ ਕੋਈ ਚੰਦਨ ਦਾ ਬਾਗ ਆ ਤੇ ਨਾ ਇਹਦੇ ਕੋਲ ਕੋਈ ਸੋਨੇ ਦੀ ਖਾਨ ਤੇ ਜਦੋਂ ਇਹਦੇ ਕੋਲ ਇਹ ਚੀਜ਼ਾਂ ਹੈ ਨਹੀਂ ਫਿਰ ਸੋਨਾ ਕਿੱਥੋਂ ਆ ਰਿਹਾ ਬੂਟ ਕਿੱਥੋਂ ਆ ਰਿਹਾ ਤੇ ਗੱਡੀਆਂ ਕਿੱਥੋਂ ਆ ਰਹੀਆਂ ਇਹ ਮੇਰੀ ਵਿਜੀਲੈਂਸ ਨੂੰ ਬੇਨਤੀ ਆ ਵੀ ਆਪਦਾ ਕੰਮ ਵਧੀਆ ਕਰੋ ਤੁਹਾਨੂੰ ਤੁਹਾਡੀ ਮਹੀਨੇ ਦੀ ਮਹੀਨੇ ਤਨਖਾਹ ਪਹੁੰਚ ਰਹੀ ਆ ਤੇ ਇਸ ਕਰਕੇ ਕੰਮ ਸਾਰਾ ਸਹੀ ਹੋਣਾ ਚਾਹੀਦਾ اچھا ਸੀਐਮ ਜੀ ਸਾਹਿਬ ਦੀ ਜਿਹੜੀ ਪਤਨੀ ਆ ਜੀ ਉਹਨਾਂ ਦੇ ਕੋਲੇ ਕੋਈ ਅਹੁਦਾ ਨਹੀਂ ਸਰਕਾਰੀ ਜੀ ਉਹਦੇ باوجود ਉਹ ਵੱਖ-ਵੱਖ ਥਾਵਾਂ ਤੇ ਜਾਂਦੇ ਆ ਆਪਣੇ ਬਿਜਾਰ ਦਿੰਦੇ ਕਿ ਸਾਡੀ ਸਰਕਾਰ ਐ ਕਰੂਗੀ ਐ ਕਰੂਗੀ ਕੀ ਇਹਦਾ ਹੋ ਸਕਦਾ ਵੀ ਕੋਈ ਅਹੁਦਾ ਨਾ ਹੋਵੇ ਤੇ ਵੱਡੇ ਭਾਈ ਜੀ ਇਹੀ ਮੁੱਖ ਮੰਤਰੀ ਜੀ ਨੇ ਕੀ ਗੱਲ ਕਹੀ ਸੀ ਕਿ ਜਿਹੜਾ ਸਰਪੰਚ ਔਰਤ ਹੋਊਗੀ ਉਹੀ ਸਰਪੰਚੀ ਕਰੂਗੀ ਜੇਕਰ ਉਹ ਸਰਪੰਚੀ ਉਹਦੇ ਘਰ ਵਾਲਾ ਕਰੂਗਾ ਜਾਂ ਉਹਦਾ ਕੋਈ ਹੋਰ ਕਰੂਗਾ ਤਾਂ ਫਿਰ ਉਹਦੀ ਸਰਪੰਚੀ ਭੰਗ ਹੋ ਸਕਦੀ ਆ ਇਹ ਗੱਲ ਕਹੀ ਸੀ ਨਾ ਹੁਣ ਅਸੀਂ ਵੀ ਇਹ ਮੁੱਖ ਮੰਤਰੀ ਨੂੰ ਕਹਿੰਨੇ ਆ ਵੀ ਜਦੋਂ ਮੁੱਖ ਮੰਤਰੀ ਤੂੰ ਆ ਤੇਰੇ ਘਰ ਵਾਲੀ ਕਿਉਂ ਜਾ ਰਹੀ ਆ ਜਦੋਂ ਤੇਰੇ ਘਰ ਵਾਲੀ ਕੋਲ ਵਾਕੇ ਕੋਈ ਅਹੁਦਾ ਹੈ ਨਹੀਂ ਉਹ ਕਿਉਂ ਜਾ ਰਹੀ ਆ ਇਹ ਤਾਂ ਹੁਣ ਲੋਕ ਸਾਧਦੇ ਆ ਇਹਦਾ ਵੇਖੋ ਹੁਣ ਕੀ ਕੁਝ ਹੁੰਦਾ ਭਗਵਾਨ ਤਾ ਇਹ ਕਹਿੰਦਾ ਅਸੀਂ ਹਰ ਸਿਮਰਤ ਕੋਲ ਇੰਨਾ ਸੋਨਾ ਉਹ ਬੁਰਗਾਂ ਖੁਸ਼ ਹੋ ਜਾਂਦੀਆਂ ਸੀ ਪਿੰਡਾਂ ਉਹਨਾਂ ਨੇ ਆਖਿਆ ਬੱਲੇ 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 ਜਿੱਦ ਦੇ ਨਾ ਭਗਵੰਤ ਮਾਨ ਬਣ ਗਿਆ ਨਾ ਕੁਝ ਤਾਂ ਸਾਡੀਆਂ ਮਾਵਾਂ ਭੈਣਾਂ ਨੇ ਵੜ ਤਾਂ ਹੀ ਪਾਤੀ ਇਹਦਾ ਭਾਸ਼ਣ ਉਹ ਸੁਣ ਕੇ ਇਹਨੇ ਕਹਣਾ ਕਿਲੂਆਂ ਦੇ ਹਸਾਬ ਦੇ ਨਾਲ ਸੋਨਾ ਇਨ੍ਹਾਂ ਬਾਦਲਾਂ ਦੇ ਕੋਲ ਵੀਰੇ ਸਾਡੀ ਨਾ ਭੈਣ ਦੇ ਨੱਕ ਚ ਕੋਕਾ ਨਾ ਸਾਡੀਆਂ ਮਾਤਾਂ ਦੇ ਕੰਨਾਂ ਚ ਕਾਂਟੇ ਆ ਉਹ ਮਾਤਾਂ ਨੇ ਆਖਿਆ ਲੈ ਵੀ ਜਿੱਦ ਇਹ ਬਣ ਗਿਆ ਉਦੋਂ ਮੇਰੇ ਕੰਨਾਂ ਚ ਕਾਂਟੇ ਵੀ ਆ ਜਾਣੇ ਆ ਸਾਡੀ ਕਿਸੇ ਭੈਣ ਨੇ ਕਿਹਾ ਨੱਕਾਂ 'ਚ ਕੋਕੇ ਵੀ ਤਿਹਾਰ ਵੀ ਆ ਜਾਣੇ ਆ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਤਾਂ ਚਲੋ ਸੋਨਾ ਸੀਗਾ ਕਦੇ ਪਾਇਆ ਹੀ ਨਹੀਂ ਵੇਖਿਆ ਹੁਣੇ ਜਿਹੜੇ ਆਪਣੇ ਇਹ ਇਹ ਸੋਨਾ ਪਵਾਈ ਜਾਂਦੇ ਅੱਜ ਕਿਹਨੂੰ ਕੋਕੇ ਕਰਾ ਕੇ ਦੇਤੇ ਬਾਈ ਜਿਹੜਾ ਸਾਣਾ ਸੋਨਾ ਪੰਜਾਬ ਦਾ ਸੀਗਾ ਤੇ ਅੱਜ ਵੀ ਪੰਜਾਬ ਦੀਆਂ ਜਿਹੜੀਆਂ ਧੀਆਂ ਧਿਆਣੀਆਂ ਸਾਡੀਆਂ ਸਾਡੀਆਂ ਮਾਤਾਂ ਅੱਜ ਵੀ ਉਹਨਾਂ ਦੇ ਕੰਨ ਤੇ ਨੱਕ ਸੁੰਨੇ ਪਏ ਅੱਜ ਤੂੰ ਕੀ ਕਰ ਤੋਂ ਨਾਸਤੇ ਤੇਰੀ ਮਾਂ ਇਹਦੀ ਮਾਤਾਂ ਜੀ ਤੇ ਐਡੀਆਂ ਐਡੀਆਂ ਉਹ ਚੂੜੀਆਂ ਪਾਈਆਂ ਐਡੀਆਂ ਐਡੀਆਂ ਐਡੇ ਤਾਂ ਕੋਈ ਮੈਂ ਕਹਿੰਦਾ ਚਾਂਦੀ ਦੇ ਨਹੀਂ ਪਉਂਦਾ ਜਿੱਦ ਤੇ ਉਹ ਸੋਨੇ ਦੇ ਕਰਾ ਕੇ ਪਾਈ ਫਿਰਦੇ ਆ ਕੰਮ ਦੋ ਆ ਜਾਂ ਤਾਂ ਫੰਡਾਂ ਚ ਆਏ ਆ ਤੇ ਜਾਂ ਫਿਰ ਇਹ ਦੱਸੋ ਕਿੱਥੋਂ ਆ ਇਹ ਇੰਨਾ ਪੈਸਾ ਤਾਂ ਹੈ ਨਹੀਂ ਉਹਨਾਂ ਕੋਲ ਹੁਣ ਇੱਥੇ ਲੋਕ ਕਹਿੰਣਗੇ ਉਹ ਤਾਂ ਪਹਿਲੇ ਹੀ ਰਾਜਾ ਸੀਗਾ ਇੱਥੇ ਤੁਸੀਂ ਵੇਖੀ ਚੱਲਿਆ ਜੇ ਲੋਕ ਕਹਿੰਣਗੇ ਉਹ ਤਾਂ ਪਹਿਲੇ ਹੀ ਰਾਜਾ ਸੀਗਾ ਮੈਂ ਪੁੱਛਦਾ ਉਹਨਾਂ ਕਿਸ ਰਾਜ ਦਾ ਉਹ ਤਾਂ ਕਹਿੰਦੇ ਸੀ 6-6 ਸਾਲ ਪੁਰਾਣੀਆਂ ਗੱਡੀਆਂ ਹੋਣਾਂ ਪਿੰਗਾ ਗੁਜਾਰੇ ਮਸਾਂ ਕਰਦੇ ਆ ਅੱਜ ਉਹ ਯਕਦਮ ਰਾਜੇ ਹੁਣ ਬਣੇ ਆ ਕਾਕਾ ਤੁਸੀਂ ਸਮਝੋ ਗੱਲ ਇੱਕ ਹੋਰ ਜਿਹੜੇ ਵਿੱਚ ਇਹਨਾਂ ਦੇ ਬੰਦੇ ਆ ਮੈਨੂੰ ਉਹਨਾਂ ਤੇ ਬੜੀ ਦਿੱਕਤ ਆਉਂਦੀ ਆ ਹੁਣ ਆਪਾਂ ਇੱਥੇ ਗੱਲ ਕਰੀ ਜਾਂਦੇ ਆ ਉਹਨਾਂ ਨੇ ਗੱਲ ਸੁਣਨੀ ਨਹੀਂ ਕਈ ਸੁਣ ਲੈਣ ਕਹਿਣਗੇ ਇਹ ਤਾਂ ਵਿਹਲੇ ਆ ਕਹਿਣਗੇ ਨਾ ਵੀ ਕੰਜਰ ਦੇ ਅਸ ਤਾਂ ਬੋਲੀ ਜਾਂਦੇ ਆ ਤੂੰ ਸਾਡੀ ਆ ਕੋਈ 25-30 ਮਿੰਟਾਂ ਦੀ ਗੱਲ ਵੀ ਸੁਣਨੀ ਆ ਤੇ ਥੱਲੇ ਤੂੰ ਲਿਖਣਾ ਇਹ ਤਾਂ ਵਿਹਲੇ ਆ ਲਿਖਣਾ ਵੀ ਆ ਤੂੰ ਹੁਣ ਦੱਸ ਵਿਹਲੇ ਅਸੀਂ ਕਿਉਂ ਆ ਵਿਹਲਾ ਤੂੰ ਆ ਭਾਈ ਸਾਹਿਬ ਇਹਨਾਂ ਨੇ ਕੱਖ ਨਹੀਂ ਕਰਨਾ ਇੱਥੇ ਜਿਹੜੀ ਰਹੀ ਗੱਲ ਇਹਨਾਂ ਨੇ ਨਾ ਅੱਜ ਭਲਾ ਕਰਨਾ ਨਾ ਕੱਲ ਭਲਾ ਕਰਨਾ ਇਹ ਬੇਲੀ ਹੈਗਾ ਸਿਰਫ ਸ਼ੰਖ ਹੈਗਾ ਦੂਜਾ ਬੋਲਣ ਵਾਲਾ ਸ਼ੰਖ ਇਹਨਾਂ ਸਿੱਟਣਾ ਸਿੱਟਣਾ ਕੁਝ ਨਹੀਂਗਾ ਇਹ ਕੋਈ ਬੰਦਾ ਸੀਗਾ ਉਹਦੇ ਕੋਲ ਸ਼ੰਖ ਸੀਗਾ ਉਹ ਜਦੋਂ ਵਜਾਉਂਦਾ ਸੀ 10 ਰੁਪਏ ਸਿੱਟਦਿਆ ਕਰੇ ਉਹ ਭਾਈ ਸਿੱਟਿਆ ਕਰੇ 10 ਰੁਪਏ ਇੱਕ ਦੂਜੇ ਬੰਦੇ ਕੋਲ ਸ਼ੰਖ ਸੀਗਾ ਆਪਣੇ ਤੁਹਾਡੇ ਕੋਲ ਉਹ ਸ਼ੰਖ ਜਦੋਂ ਵਜਾਇਆ ਕਰੇ ਨਾ ਉਹ ਬੋਲੀ ਵਾਲਾ ਸ਼ੰਖ ਸੀਗਾ ਉਹ ਕਹਿੰਦਾ ਵੀ ਹਾਂ ਭਾਈ 10 ਰੁਪਏ ਸਿੱਟੇਗਾ ਉਹ ਕਹਿੰਦਾ 20 ਰੁਪਏ ਸਿੱਟੂਗਾ ਉਹ ਕਹਿੰਦਾ ਚਲੋ ਠੀਕ ਆ ਜਿਹੜਾ ਹੁਣ ਬਈ ਚੈਨਲ ਵਾਲਾ ਸੀ ਉਹ ਚਲਾਕ ਸੀਗਾ ਤੇ ਵਿਸ਼ਵਦੀਪ ਭੋਲਾ ਸੀਗਾ ਵਿਸ਼ਵਦੀਪ ਨੂੰ ਆਂਦਾ ਵੀ ਗੱਲ ਸੁਣ ਬਈ ਤੇਰਾ ਕਿੰਨੇ ਸਿਰ ਦਾ ਵਿਸ਼ਵਦੀਪ ਦਾ ਸ਼ੰਖ ਤਾਂ ਕਹਿੰਦਾ ਮੈਂ ਤਾਂ 10 ਰੁਪਏ ਸਿਰਦਾ ਮੇਰਾ ਸ਼ੰਖ ਦਾ ਫਿਰ ਜਿਹੜਾ ਸਾਡਾ ਭਰਾ ਪੱਤਰਕਾਰ ਸੀ ਉਹ ਕਹਿੰਦਾ ਵੀ ਮੇਰੇ ਵਾਲਾ ਤਾਂ ਅਸੀਂ 100 ਸਿਰਦਾ ਉਹ ਕਹਿੰਦਾ ਪੱਕੀ ਗੱਲ ਆ ਵਿਸ਼ਵਦੀਪਾਂ ਦਾ ਚੈਨਲ ਵਾਲਾ ਕਹਿੰਦਾ ਪੱਕੀ ਗੱਲ ਆ ਕਹਿੰਦਾ ਚਲ ਆ ਜਾ ਪੁੱਣ ਸ਼ੰਖ ਵਟਾ ਲਈਏ ਉਹ ਚੈਨਲ ਵਾਲਾ ਕਹਿੰਦਾ ਬਈ 200 ਰੁਪਏ ਨਾਲ ਵੀ ਦੇਣਾ ਪਊ ਔਖੇ ਸੁਖ ਨੇ 200 ਰੁਪਏ ਨਾਲ ਵੀ ਦਿੱਤਾ ਚਲੋ ਚੈਨਲ ਆ ਲੱਗ ਗਿਆ ਕੋਹਾਂ ਦੂਰ ਜਾ ਕੇ ਉਹਨੇ ਵਜਾਇਆ ਤਾਂ ਸ਼ੰਖ ਆ ਉਹਦੇ ਜਿੱਥੇ ਆਪਦੇ ਗਿਆ ਆਪਦੀ ਸਟੇਟ ਚ ਉਹਨੇ ਵਜਾਇਆ ਤਾਂ 10 ਰੁਪਏ ਡਿੱਗ ਪਏ ਉਹਨੇ ਚੱਕ ਕੇ ਜੇਬ ਵਿੱਚ ਪਾ ਲਿਆ ਹੁਣ ਅਗੋ ਵਿਸ਼ਵਦੀਪ ਕੱਜੀਏ ਨੂੰ ਪੈ ਗਿਆ ਹੁਣ ਉਹਨੇ ਸ਼ੰਖ ਵਜਾਇਆ ਕਰਦਾ ਹਾਂ ਵੀ ਸ਼ੰਖ ਵਜਾਇਆ ਸਿੱਟੇਗਾ 100 ਰੁਪਿਆ ਕਹਿੰਦਾ ਵਿਸ਼ਵਦੀਪ ਜੀ ਗੱਲ ਕਿਹੜੀ ਕਰਦਾ 200 ਸਿੱਟੂ ਕਹਿੰਦਾ 200 ਸਿੱਟੇਗਾ ਉਹਨੇ ਫਿਰ ਵਜਾਇਆ ਖੁਸ਼ੀ ਚ ਕਹਿੰਦਾ ਸਿੱਟੇਗਾ 200 ਉਹ ਕਹਿੰਦਾ ਗੱਲ ਕਿਹੜੀ ਕਰਦਾ 400 ਸਿੱਟੂ ਉਹਨੇ ਫਿਰ ਦੋ ਚਾਰ ਵਾਰੀ ਵਜਾਇਆ ਤੇ ਵਜਾ ਵਜਾ ਰਗਾ ਭਾ ਲੀਆਂ ਕਹਿੰਦਾ ਵੀ ਸਿੱਟ ਦਾ ਸਿੱਟ ਦਾ ਸਹੀ ਹੋਂ ਤੂੰ 400 ਦਾ ਸਿੱਟ ਕਹਿੰਦਾ ਸਿੱਟਣਾ ਸੁੱਟਣਾ ਕੁਛ ਨਹੀਂ ਇਹ ਤਾਂ ਬੋਲੀਆਂ ਹੀ ਲਾਉਣੀਆਂ ਉਹ ਗੱਲ ਭਗਵੰਤ ਮੰਨਦੀ ਐ ਕਰਨੇ ਨੇ ਵੀ ਕੁਛ ਨਹੀਂ ਇਹਨੇ ਬੋਲੀਆਂ ਹੀ ਲਾਉਣੀਆਂ ਕਹਿੰਦਾ ਜੀਰਾ ਫੈਕਟਰੀ ਰੱਦ ਹੋ ਗਈ ਤੇ ਬੈਠੇ ਉਹ ਤੇ ਹਲੇ ਵੀ ਆ ਯਾਰ ਮੁੱਖ ਮੰਤਰੀ ਹੋਵੇਂ ਤੂੰ ਤੇ ਤੇਰੀ ਜ਼ੁਬਾਨ ਕੀਤੀ ਹੋਵੇ ਤੇ ਉਹ ਫਿੱਕੀ ਪੈ ਰਹੀ ਹੋ ਤਾਂ ਕਿਹੋ ਜੀ ਮੁੱਖ ਮੰਤਰੀ ਆ ਅਸਲ ਚ ਇਹ ਦੱਸ ਵੀ ਪੇਟੀ ਚ ਕੀ ਬੰਦ ਆ ਹੁਣ ਮੈਂ ਬਾਹਲੀ ਗੱਲ ਨਹੀਂ ਬੋਲਦਾ ਉਹ ਸਮਝੇ ਗੱਲ ਆਖੇ ਝੋਲੀ ਕੇ ਪਿੱਛੇ ਕੀ ਹੈ ਅਖੇ ਝੋਲੀ ਮੇ ਸਾਡੇ 5 ਰੁਪਏ ਹੈ ਮੇਰੇ ਪੇਟੀ 48 ਰੁਪਏ ਹੈ ਮੇਰੇ ਅੱਜ ਤਾਂ ਗੱਲਾ ਸਿੱਧੀਆਂ ਮੇਰੇ ਕੋਲ ਜਾਂ ਤੁਹਾਡੀ ਸ਼ਰਾਬ ਕਿਉਂ ਨਹੀਂ ਬੰਦ ਕਰਾ ਰਹੇ ਸ਼ਰਾਬ ਦੱਸੰਦਾ ਸਹੀ ਬੰਦ ਕਿਹੜੀ ਗੱਲੋਂ ਨਹੀਂ ਕਰਾ ਰਹੇ ਉਹ ਕਿਸੇ ਸਾਡੇ ਆਪਣੇ ਸਾਬਕਾ ਮੁੱਖ ਮੰਤਰੀ ਨੇ ਤੇ ਇਹੀ ਕਹਤਾ ਸੀਗਾ ਕੈਪਟਨ ਮਰਿੰਦਰ ਸਿੰਘ ਨੇ ਕਿ ਸ਼ਰਾਬ ਬਿਨਾ ਤਾਂ ਸਰਕਾਰ ਹੀ ਨਹੀਂ ਚੱਲਦੀ ਤੇ ਇਹ ਦੱਸੋ ਆ ਇਹਹੀ ਕਹਿੰਦੇ ਹੁੰਦੇ ਸੀ ਨਾ ਸ਼ਰਾਬ ਬਿਨਾ ਫਲਾਣਾ ਟੌਂਕਾ ਅੱਜ ਕਰੋ ਬੰਦ ਕੀ ਕਰਦੇ ਆ ਇਹ ਹਲੇ ਰੇਤੇਵਾਰ ਨਹੀਂ ਵੀ ਚੱਲ ਰਹੀ ਹੁਣ ਮੈਂ ਰੇਤੇ ਤੇ ਪਹੁੰਚਣਾ ਕਿਸ ਦਿਨ ਉੱਥੇ ਮੈਂ ਵੇਖਣਾ ਵਾਕਈ 5 ਰੁਪਏ ਮਿਲਦਾ ਕਿ ਨਹੀਂ ਮਿਲਦਾ ਮਿਲ ਰਿਹਾ ਕਹਿੰਦੇ ਉਹ ਮਿਲ ਰਿਹਾ ਸਾਡੇ ਪਿੰਡ ਦੇ ਵਿੱਚ ਕਿਸੇ ਘਰ ਨੇ ਨਾ ਉੱਥੇ ਬੱਬੇ ਜਣਨ ਦੀ ਜਗਾ ਉੱਥੇ ਕਮਰਾ ਪਵਾਉਣਾ ਉੱਥੇ ਉਹਨਾਂ ਨੇ ਰੇਤਾ ਸਟਾਇ ਉਹਨਾਂ ਨੂੰ 25 ਰੁਪਏ ਫੁੱਟ ਮਿਲਿਆ ਫਿਰ ਸਾਡੇ ਇੱਕ ਮੈਂਬਰ ਮੌਜੂਦਾ ਉਹਦੇ ਘਰੇ ਕੰਮ ਚੱਲ ਰਿਹਾ ਰਾਤ ਉਹਦੇ ਕੋਲ ਬੈਠਾ ਰਿਹਾ ਮੈਂ ਉਹ ਕਹਿੰਦਾ ਮੈਂ ਰੇਤਾ ਸਟਾਉਣਾ ਉਹਦੇ ਕੋਲ ਪੁੱਛਿਆ ਉਹ ਵੀ ਕਹਿੰਦਾ ਭਾਈ ਸਾਹਿਬ ਬਸ ਵੀ ਜਿਵੇਂ 800 ਰੁਪਏ ਮਿਲਦਾ ਮੈਨੂੰ ਹੁਣ ਇਹ ਕਰੇ ਵੀ ਤੇਲ ਦੇ ਖਰਚੇ ਪੈ ਰਹੇ ਆ ਜਾਂ ਉਹ ਮਿਲ ਰਹੇ ਆ ਫਿਰ ਸਾਨੂੰ ਤਾਂ ਉਹੀ ਰੇਟ ਮਿਲ ਹੀ ਜਾਂਦਾ ਸੀ ਪਹਿਲਾਂ ਵੀ ਸਾਨੂੰ ਵੀ ਪਹਿਲਾਂ ਉਹ ਰੇਟ ਮਿਲ ਹੀ ਰਿਹਾ ਸੀ ਜোন ਟਰਾਲੀ ਹੈ ਜਿਹੜੀ ਉਹ ਜਿਹੜੀ ਮੈਂ ਤਾਂ ਕਹੂੰਗਾ ਜਿਹੜੀ 3500 3000 ਦੀ ਲਾ ਲਓ ਜਿਹੜੀ ਬਿਲ ਮਿਲ ਹੀ ਰਹੀ ਸੀ ਪਹਿਲੇ ਦਿਨ ਤੋਂ ਮਿਲ ਰਹੀ ਸੀ ਫਿਰ ਇਹਨਾਂ ਨੇ ਸਸਤਾ ਕੀਤਾ ਕੀ ਹੋ ਗਿਆ ਇਹ ਤਾਂ ਹੁਣ ਜਾ ਕੇ ਪਤਾ ਲੱਗੂ ਵੀ ਉੱਥੇ ਕੀ ਚੱਲ ਰਹੀ ਹੈ ਉਹ ਕਹਿਣ ਨੂੰ ਤਾਂ ਬਹੁਤ ਕੁਝ ਹੋ ਜਾਂਦਾ ਕਹਿਣ ਦਾ ਤਾਜਮਹਿਲ ਵੀ ਸਾਡੇ ਪਰ ਕੀ ਕਰਾਂ ਕਾਗਜ਼ਾਂ 'ਚ ਨਹੀਂ ਬੋਲਦਾ ਜੀ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕੀਤੀ ਵਿਸ਼ਵਦੀਪ ਦੇ ਨਾਲ ਵਕੋ ਵਕ ਸਵਾਲ ਕੀਤੇ ਉਹਨਾਂ ਨੇ ਜਵਾਬ ਦਿੱਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ